ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਮਿਹਰਬਾਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਸ਼ਾਮ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਦੇ ਹੋਏ ਵਕਤ ਨੂੰ ਸਫਲਾ ਕਰ ਰਹੇ ਹੋ। ਭਾਗਾਂ ਵਾਲਾ ਵਕਤ ਪ੍ਰਾਪਤ ਹੋਇਆ, ਇਸ ਸ਼ਰਾਰਤੀ ਮਨ ਨੂੰ ਸਤਿਗੁਰਾਂ ਦੀ ਵਡਿਆਈ ਵਿੱਚ ਜੋੜ ਕੇ ਸਿੱਧਾ ਕਰੀਏ। ਚੱਲ ਰਹੇ ਪ੍ਰਕਰਨਾਂ ਦੇ ਵਿੱਚੋਂ ਆਪ ਜੀ ਨੇ ਸਰਵਣ ਕੀਤਾ, ਜੋ ਸਾਰੀਆਂ ਸੰਗਤਾਂ ਨੇ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ, ਗੁਰੂ ਰਾਮਦਾਸ ਪਾਤਸ਼ਾਹ ਨੂੰ ਆਪ ਦਰਬਾਰ ਵਿੱਚ ਲੈ ਕੇ ਆ ਸਕਦੇ। ਫਿਰ ਬਾਬਾ ਬੁੱਢਾ ਜੀ ਨੇ ਮੋਹਰੀ ਜੀਆਂ ਨੂੰ ਬੇਨਤੀ ਕੀਤੀ, ਤੁਸੀਂ ਆਪ ਅੱਗੇ ਹੋ ਕੇ ਚੱਲੋ, ਅਸੀਂ ਨਾਲ ਚੱਲਾਂਗੇ। ਸਾਰੀਆਂ ਸੰਗਤਾਂ ਇਕੱਤਰ ਹੋ ਕੇ ਆਈਆਂ, ਗੁਰੂ ਰਾਮਦਾਸ ਪਾਤਸ਼ਾਹ ਨੂੰ ਨਮਸਕਾਰ ਕੀਤਾ। ਸੰਗਤਾਂ ਨੂੰ ਵੇਖ ਗੁਰੂ ਰਾਮਦਾਸ ਮਹਾਰਾਜ ਸੰਘਾਸਣ ਤੋਂ ਉੱਠਦਾ ਹੈ, ਬੜੇ ਪਿਆਰ ਵਿੱਚ ਮਿਲੇ, ਆਖਣ ਲੱਗੇ ਅਸੀਂ ਤੇ ਸੇਵਕ ਹਾਂ ਤੁਹਾਡੇ। ਪ੍ਰੇਮ ਸਹਿਤ ਸਿੱਖ ਸੰਗਤਾਂ ਗੁਰੂ ਰਾਮਦਾਸ ਮਹਾਰਾਜ ਨੂੰ ਸੰਘਾਸਣ ਤੇ ਲੈ ਕੇ ਆਈਆਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਤਖ਼ਤ ਤੇ ਬਿਰਾਜਮਾਨ ਹੋਏ ਨੇ, ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਹੱਥ ਜੋੜ ਕੇ ਸਾਹਮਣੇ ਖੜੀਆਂ ਨੇ, ਸਤਿਗੁਰਾਂ ਦੀ ਵਡਿਆਈ ਕਰਦੀਆਂ ਨੇ। ਇਹਨਾਂ ਸਾਰੇ ਪ੍ਰਕਰਨਾਂ ਨੂੰ ਆਪ ਜੀ ਨੇ ਸਰਵਣ ਕੀਤਾ। ਆਓ ਅੱਜ ਦੇ ਪ੍ਰਕਰਨਾਂ ਦੇ ਵਿੱਚ ਕਵੀ ਭਾਈ ਸੰਤੋਖ ਸਿੰਘ ਗੁਰੂ ਰਾਮਦਾਸ ਪਾਤਸ਼ਾਹ ਦੀ ਸਿਫਤ ਲਿਖਦੇ, ਇਕਾਗਰਤਾ ਬਣਾਓ। ਅਲਪ ਸਹਿਤਾ ਕੋ ਜੀ ਸਤਨਾ ਸ੍ਰੀ ਗੁਰੂ ਸਾਹਿਬ ਜੀ, ਸਤਨਾ ਸਿੰਘਾਸਨ ਸੰਤੋਖ ਪਰ ਸਤਿਆ ਸ਼ਤਰਿਯ ਬਰਾਮ। ਕਵੀਰਾਜ ਭਾਈ ਸੰਤੋਖ ਸਿੰਘ ਜੀ
ਗੁਰੂ ਰਾਮਦਾਸ ਪਾਤਸ਼ਾਹ ਦੀ ਵਡਿਆਈ ਲਿਖਦੇ ਨੇ ਦੋਹਰਿਆਂ ਦੇ ਰੂਪ ਵਿੱਚ, ਜੋ ਉਸ ਵਕਤ ਬਾਬਾ ਬੁੱਢਾ ਜੀ ਨੇ 22 ਮੰਜੀਆਂ 72 ਪੀੜ੍ਹੀਆਂ ਦੇ ਸਮੇਤ ਸਤਿਗੁਰਾਂ ਦੇ ਸਾਹਮਣੇ ਖੜੇ ਹੋ ਕੇ ਹੀ ਇਹ ਉਹ ਵਡਿਆਈ ਹੈ ਜਿਹਨੂੰ ਸੁਣਿਆ ਤੋਂ ਕਵੀ ਕਹਿੰਦੇ ਮਨ ਵਿੱਚ ਇਕਾਗਰਤਾ ਪ੍ਰਗਟ ਹੋਈ। ਜਦੋਂ ਤੱਕ ਮਨ ਨੂੰ ਖਿੱਚ ਨਹੀਂ ਪੈਂਦੀ, ਮਨ ਪ੍ਰੇਮੀ ਨਹੀਂ ਬਣਦਾ, ਉਦੋਂ ਤੱਕ ਮਨ ਕਦੇ ਵੀ ਇਕਾਗਰ ਨਹੀਂ ਹੋ ਸਕਦਾ। ਇਹਨਾਂ ਸ਼ਬਦਾਂ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਦੀ ਵਡਿਆਈ ਦਾ ਕਵੀ ਕਹਿੰਦੇ ਮੈਂ ਕਥਨ ਕਰਦਾ, ਪਰ ਗੁਰੂ ਦੀ ਵਡਿਆਈ ਲਿਖੀ ਨਹੀਂ ਜਾ ਸਕਦੀ। ਕੇਵਲ ਆਨੰਦ ਮਾਨਣ ਵਾਸਤੇ ਉਹਨਾਂ ਨੇ ਇੱਕ ਅਲੰਕਾਰ ਬੰਨਿਆ। ਸੰਤੋਖ ਦੇ ਸੰਘਾਸਣ ਉੱਤੇ ਜੀਵਨ ਵਿੱਚ ਸਬਰ ਤੇ ਸੰਤੋਖ ਰੱਖਣਾ, ਸੰਤ ਸਰੂਪ ਗੁਰੂ ਰਾਮਦਾਸ ਮਹਾਰਾਜ ਬਿਰਾਜਮਾਨ, ਇਹ ਸੰਤੋਖ ਹੈ ਗੁਰੂ ਰਾਮਦਾਸ ਮਹਾਰਾਜ ਦਾ। ਗੁਰਤਾ ਗੱਦੀ ਮਿਲਣ ਤੋਂ ਬਾਅਦ ਵੀ ਕਦੇ ਤਖਤ ਤੇ ਨਾ ਬੈਠੇ। ਇੱਕ ਪਾਸੇ ਗੁਰੂ ਪੁੱਤਰ ਸੀ ਬਾਬਾ ਮੋਹਨ ਜੀ, ਜਿਹੜੇ ਇੱਛਾ ਰੱਖਦੇ ਸੀ ਤਖਤ ਸਾਨੂੰ ਮਿਲ ਜੇ, ਤਾਂ ਉਹਨੇ ਗੁਰੂ ਰਾਮਦਾਸ ਕਦੀ ਕਹਿੰਦੇ ਸੱਚ ਨੇ, ਸੱਚ ਦਾ ਰੂਪ ਨੇ, ਸੱਚ ਕੌਣ ਹੈ? ਅਕਾਲ ਪੁਰਖ ਜਿਹਨੂੰ ਮਿੱਥ ਪੜ੍ਹਦੇ ਆ, ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਉਸੀ ਵੀ ਸੱਚ, ਉਹ ਸੱਚ ਗੁਰੂ ਰਾਮਦਾਸ ਹੋ ਗਏ। ਧਰਤੀ ਤੇ ਵਰਤੇ ਆਏ ਸਤਿਆ ਨਾਮ ਝੰਡਾ ਝੁਲਤ, ਰਾਜਤ ਸਤਿਗੁਰ ਰਾਮ। ਹੁਣ ਸੱਚ ਦਾ ਝੰਡਾ, ਵੇਖੋ ਇੱਕ ਬਾਦਸ਼ਾਹ ਦਾ ਦੇਸ਼ ਹੈ, ਹਰ ਇੱਕ ਉਸ ਦੇਸ਼ ਦਾ ਆਪਣਾ ਇੱਕ ਝੰਡਾ ਹੁੰਦਾ ਹੈ। ਗੁਰੂ ਰਾਮਦਾਸ ਮਹਾਰਾਜ ਸ੍ਰਿਸ਼ਟੀ ਦੇ ਮਾਲਕ ਨੇ, ਸ੍ਰਿਸ਼ਟੀ ਦੇ ਰਾਜੇ ਨੇ। ਹੁਣ ਉਸ ਰਾਜੇ ਦਾ ਝੰਡਾ ਕਿਹੜਾ ਹੈ ਜੋ ਰਾਜਿਆਂ ਦੇ ਰਾਜੇ ਨੇ? ਕਹਿੰਦੇ ਉਹ ਝੰਡਾ ਹੈ ਸੱਚੇ ਨਾਮ ਦਾ। ਵੈਸੇ ਵੀ ਆਪਾਂ ਵੇਖੀਏ ਨਾ, ਕਿਸੇ ਕੰਟਰੀ ਦਾ ਝੰਡਾ ਫਲੈਗ ਤੁਸੀਂ ਕਿਸੇ ਹੋਰ ਕੰਟਰੀ ਚ ਨਹੀਂ ਲਾ ਸਕਦੇ। ਸਿਰਫ ਉਦੋਂ ਲੱਗ ਸਕਦਾ ਜਦੋਂ ਕਿਸੇ ਦੋ ਦੇਸ਼ਾਂ ਦੇ ਨੇਤਾ ਮਿਲਦੇ ਹੋਣ, ਉਹ ਵੀ ਥੋੜੀ ਦੇਰ ਲਈ ਕਿਸੇ ਥਾਂ। ਕਦੇ ਵੀ ਕਿਸੇ ਦੇਸ਼ ਦਾ ਝੰਡਾ ਤੁਸੀਂ ਕਿਸੇ ਦੇਸ਼ ਵਿੱਚ ਉੱਚਾ ਕਰਕੇ ਨਹੀਂ ਲਹਿਰਾ ਸਕਦੇ। ਧੰਨ ਹੈ ਸਿੱਖ ਕੌਮ। ਵਰਲਡ ਵਿੱਚ ਜਿੰਨੇ ਦੇਸ਼ ਨੇ, ਉਹ ਕਿਹੜਾ ਦੇਸ਼ ਹੈ ਜਿੱਥੇ ਕੇਸਰੀ ਨਿਸ਼ਾਨ ਨਹੀਂ ਝੂਲਦਾ? ਸਤਨਾਮ। ਹੁਣ ਤੇ ਕੈਨੇਡਾ, ਅਮੈਰੀਕਾ, ਆਸਟ੍ਰੇਲੀਆ ਵਰਗੇ ਮੁਲਕ ਸਿੱਖਾਂ ਦੇ ਨਿਸ਼ਾਨ ਉੱਤੇ ਬੜਾ ਪ੍ਰਾਊਡ ਫੀਲ ਕਰਦੇ। ਉਹ ਕਿਹੜਾ ਹੈ? ਅਕਾਲ ਪੁਰਖ ਦਾ ਝੰਡਾ ਹੈ, ਨਿਸ਼ਾਨ ਹੈ, ਜਿਹਨੂੰ ਨਿਸ਼ਾਨ ਸਾਹਿਬ ਕਹਿੰਦੇ ਆ। ਕਹਿੰਦੇ ਗੁਰੂ ਨਾਨਕ ਸਾਹਿਬ ਜੀ ਨੇ ਉਹ ਕਿਹੜਾ ਫਲੈਗ ਲਹਿਰਾਇਆ? ਪਰਮੇਸ਼ਰ ਦੇ ਨਾਮ ਦਾ। 10 ਗੁਰੂ ਹੋਏ ਸਰੀਰ ਭਰਪੂਰ ਤੌਰ ਤੇ, ਜੋਤ ਇੱਕ ਨਿਰੰਕਾਰ ਸੀ ਤੇ ਝੰਡਾ ਚਲਾਉਂਦੇ ਸੀ ਨਿਰੰਕਾਰ ਦੇ ਨਾਮ ਦਾ। ਗੁਰੂ ਰਾਮਦਾਸ ਮਹਾਰਾਜ ਆਪ ਸੱਚ ਨੇ, ਸੰਤੋਖ ਦੇ ਸਿੰਘਾਸਣ ਤੇ ਬੈਠੇ ਨੇ, ਤੇ ਸੱਚੇ ਨਾਮ ਦਾ ਝੰਡਾ ਸਤਿਗੁਰਾਂ ਨੇ
ਜਗ ਤੇ ਫਹਿਰਾਇਆ ਏ ਲਕਸ਼ਮੀ ਭਗਤ ਬਿਸਾਲ ਤੇ ਗਿਆਨ ਮੁਕਟ ਦੁੱਤ ਧਾਮ। ਹੁਣ ਜਿਹੜੀ ਲਕਸ਼ਮੀ ਹੈ ਮਾਇਆ, ਹੁਣ ਮਾਇਆ ਤੋਂ ਬਿਨਾਂ ਕੋਈ ਸ਼ਾਸਨ ਨਹੀਂ ਚੱਲਦਾ, ਕੋਈ ਦੇਸ਼ ਨਹੀਂ ਚੱਲਦਾ, ਕੋਈ ਰਾਜ ਨਹੀਂ ਚੱਲਦਾ। ਕਹਿੰਦੇ ਰੱਬ ਦੀ ਭਗਤੀ ਸਤਿਗੁਰਾਂ ਦੀ ਮਾਇਆ ਹੈ, ਤੇ ਇਸ ਭਗਤੀ ਦਾ ਮੁਕਟ ਗੁਰੂ ਰਾਮਦਾਸ ਪਾਤਸ਼ਾਹ ਦੇ ਸੀਸ ਤੇ ਸ਼ੋਭਦਾ ਹੈ। ਮੈਂ ਫਿਰ ਬੇਨਤੀ ਕਰਾਂ, ਇਹ ਜਿੰਨਾ ਕੁਝ ਵੀ ਕਵੀ ਬਿਆਨ ਕਰਦੇ ਨੇ ਇਹ ਬੜੀ ਭਾਵਨਾ ਦਾ ਜ਼ਿਕਰ ਹੈ, ਇਹ ਅਲੰਕਾਰ ਹੈ ਅੰਦਰ ਦੀ ਸ਼ਰਧਾ ਦਾ। ਕਿਉਂਕਿ ਗੁਰੂ ਸਾਹਿਬ ਤਖ਼ਤ ਤੇ ਬੈਠੇ ਨੇ, ਗੁਰੂ ਰਾਮਦਾਸ ਮਹਾਰਾਜ, ਉਹਨਾਂ ਦੇ ਸਾਹਮਣੇ ਸੰਗਤ ਖੜੀ ਹੈ, ਲਿਖਦੇ ਕੀ ਨੇ? ਰਾਜਾ ਰਾਮ, ਰਾਜਾ ਰਾਮ ਤੋਂ ਸਾਡੀ ਸੁਰਤ ਇਸ ਦੇਸ਼ ਵਿੱਚ ਰਹਿ ਕੇ ਲੱਗਦਾ ਵੀ ਰਾਮ ਚੰਦਰ ਜੀ ਤੋਂ ਬਾਹਰ ਨਹੀਂ ਜਾਂਦੀ। ਉਹ ਇਹ ਸੁਭਾਵਕ ਹੈ, ਦੁਨੀਆਂ ਦੇ ਕਿਸੇ ਵੀ ਦੇਸ਼ ਵਿੱਚ ਜਾਓ, ਉੱਥੋਂ ਦੇ ਧਰਮ ਦਾ ਅਸਰ ਤੁਹਾਡੇ ਧਰਮ ਤੇ ਪੈਂਦਾ ਹੈ। ਤੁਸੀਂ ਅਰਬ ਦੇਸ਼ਾਂ ਦੇ ਗੁਰਦੁਆਰੇ ਜਾ ਕੇ ਵੇਖੋ, ਉਹਨਾਂ ਦਾ ਉੱਠਣਾ ਬੈਠਣਾ ਪਹਿਨਣਾ ਸਿੱਖਾਂ ਦਾ ਇਸਲਾਮ ਜੈਸਾ ਹੈ। ਯੂਰਪ ਦੇ ਦੇਸ਼ਾਂ ਵਿੱਚ ਜਾਓ, ਅਮੈਰੀਕਾ, ਕੈਨੇਡਾ, ਆਸਟ੍ਰੇਲੀਆ ਚਲੇ ਜਾਓ, ਉੱਥੋਂ ਦੇ ਲੋਕ ਕ੍ਰਿਸਚਨ ਨੇ, ਕਿ ਉੱਧਰ ਦੇ ਸਿੱਖਾਂ ਤੇ ਕ੍ਰਿਸਚੈਨਿਟੀ ਦਾ ਪ੍ਰਭਾਵ ਹੈ। ਕੀ ਕੱਢਦੇ ਨੇ? ਮਦਰ ਫਾਦਰ ਡੇ ਮਨਾ ਰਹੇ ਨੇ, ਕਿਉਂਕਿ ਜਿਸ ਦੇਸ਼ ਵਿੱਚ ਰਹਿੰਦੇ ਆ ਉਹਦਾ ਰੰਗ ਚੜ੍ਹਦਾ, ਤੇ ਆਪਾਂ ਜਿਹੜੇ ਲੋਕ ਆ ਭਾਰਤ ਵਰਸ਼ ਵਿੱਚ ਰਹਿੰਦੇ ਹਾਂ, ਹਿੰਦੁਸਤਾਨ ਵਿੱਚ, ਇੱਥੋਂ ਦੀ ਜਿਹੜੀ ਸੰਸਕ੍ਰਿਤੀ ਹੈ ਉਹਦਾ ਪ੍ਰਭਾਵ ਸਾਡੇ ਲੋਕਾਂ ਤੇ ਆਪਣੇ ਆਪ ਹੀ ਬਣਿਆ ਹੋਇਆ। ਦੱਸੋ ਜੀ, ਕਿਹਦੇ ਸਿਰ ਤੇ ਆਰਾ ਰੱਖਿਆ ਹੁੰਦਾ ਵਰਤ ਰੱਖਣ ਵਾਸਤੇ? ਸਿੱਖਣੀ ਨੇ ਗਾਤਰਾ ਵੀ ਪਾਇਆ ਹੁੰਦਾ, ਗੁਰਦੁਆਰੇ ਵੀ ਸਭ ਤੋਂ ਅੱਗੇ ਬੈਠੀ ਹੁੰਦੀ ਹੈ, ਤੇ ਪਤਾ ਕਰੋ ਕਹਿੰਦੇ ਜੀ ਨਰਾਤਿਆਂ ਦਾ ਵਰਤ ਭੈਣ ਜੀ ਨੇ ਰੱਖਿਆ ਹੋਇਆ। ਇਹ ਕਿਉਂ ਹੈ? ਕਿਉਂਕਿ ਜਿਸ ਦੇਸ਼ ਵਿੱਚ ਰਹਿ ਰਹੇ ਹਾਂ ਨਾ, ਉਸ ਦੇਸ਼ ਦਾ ਪ੍ਰਭਾਵ ਹੈ। ਅਸੀਂ ਨਿਰਲੇਪ ਨਹੀਂ, ਗੁਰੂ ਨਿਰਲੇਪ, ਗੁਰੂ ਦੇ ਸਿੱਖ ਨਿਰਲੇਪ ਹਨ। ਕਹਿੰਦੇ ਸਤਿਗੁਰੂ ਜੀ ਭਗਤੀ ਦੀ ਮਾਇਆ ਵਰਤਾਉਂਦੇ ਨੇ, ਤੇ ਰਾਜਾ ਰਾਮ ਗੁਰੂ ਦਾ ਰੂਪ ਹੈ। ਰਵੇ ਹੋਏ ਰਾਮ ਦਾ ਜ਼ਿਕਰ ਕਰਦੇ ਨੇ, ਜਿਹਦੇ ਨਾਂ ਤੋਂ ਰਾਮਦਾਸ ਬਣਿਆ। ਹੁਣ ਬਾਣੀ ਪੜ੍ਹੋ, ਸਤਿਗੁਰੂ ਲਿਖਦੇ ਆ, ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਣੀ। ਕੀ ਤੂੰ ਜਾਣਦਾ ਰਾਜੇ ਰਾਮ ਦੀ ਕਹਾਣੀ? ਕਿਸ ਰਾਮ ਦਾ ਜ਼ਿਕਰ ਕਰਦੇ ਨੇ ਸਤਿਗੁਰੂ? ਅਕਾਲ ਪੁਰਖ ਦਾ। ਕਿਸੇ ਦੁਆਪਰ ਯੁੱਗ ਦੇ ਰਾਮ ਜੀ ਦਾ ਜ਼ਿਕਰ ਸਤਿਗੁਰਾਂ ਨੇ ਜੇ ਬਾਣੀ ਚ ਕੀਤਾ ਤੇ ਕਿਹਾ ਰਾਮ ਗਯੋ, ਗਯੋ ਦਾ ਭਾਵ ਮਰ ਚੁੱਕੇ ਰਾਵਣ, ਗਯੋ ਜਾ ਤਾਂ ਬਹੁ ਪਰਿਵਾਰ। ਕਹਿੰਦੇ ਦੋਨਾਂ ਦੇ ਪਰਿਵਾਰ ਵੱਡੇ ਸੀ, ਦੋਨੋਂ ਗਏ ਦੁਨੀਆਂ। ਦੁਨਿਆਵੀ ਦੇਵੀ ਦੇਵਤੇ ਪੀਰ ਪੈਗੰਬਰ ਮਰਦੇ ਨੇ, ਪਰ ਉਹ ਅਕਾਲ ਪੁਰਖ ਵਾਹਿਗੁਰੂ ਦੁਨੀਆਂ ਨੂੰ ਜਨਮ ਦੇਣ ਵਾਲਾ ਹੈ। ਉਹਨੇ ਮੌਤ ਸਾਧੀ ਹੋਈ ਹੈ, ਬ੍ਰਹਿਮੰਡ ਸਾਧੇ ਨੇ, ਸ੍ਰਿਸ਼ਟੀ ਤੇ ਕਾਇਨਾਤ ਬਣਾਈ ਹੈ। ਇਹ ਅੱਜ ਦੀ ਵਿਗਿਆਨ ਵੀ ਦਬੀ ਦੀ ਜ਼ੁਬਾਨ ਨਾਲ ਮੰਨਦੀ, ਕਹਿੰਦੇ ਥੋੜੀ ਜਿਹੀ ਐਨਰਜੀ ਹੈਗੀ ਹੈ ਜੋ ਬਣਾ ਰਹੀ ਹੈ, ਸਭ ਕੁਛ ਚਲਾ ਰਹੀ ਹੈ। ਚੰਦ ਤੇ ਸੂਰਜ ਇੱਕ ਸੈਕਿੰਡ ਕੀ ਇੱਕ ਅੱਖ ਦੇ ਫਰਕੇ ਦੇ ਹਿਸਾਬ ਨਾਲ ਵੀ ਦੇਰੀ ਨਹੀਂ ਕਰਦੇ। ਕਿੰਨੇ ਪਲੈਨਟ ਨੇ, ਕਿੰਨੇ ਯੂਨੀਵਰਸ ਨੇ, ਕੌਣ ਮੇਨਟੇਨ ਕਰਦੇ? ਚਲੋ ਮੰਨ ਲਓ ਸੂਰਜ ਗੈਸਾਂ ਦਾ ਬੋਲ ਹੈ, ਇੱਥੇ ਵੇਖੋ ਖੋਲ ਕੇ ਗੈਸ ਦਾ ਇੱਕ ਸਿਲੰਡਰ ਜੇ ਭਾਲੜਾ ਨਾ ਕਰ, ਕੋਈ ਤੇ ਹੈ ਜ
ਜਿਹਨੇ ਗੈਸਾਂ ਦੀ ਉਤਪਤੀ ਕੀਤੀ ਤੇ ਉਹਨਾਂ ਗੈਸਾਂ ਨੂੰ ਆਪਣੇ ਕਲਾਵੇ ਚ ਲੰਘਿਆ ਪਿਆ। ਤੁਸੀਂ ਫੈਲਣਾ ਕਿੰਨਾ ਗਲਤ ਹੈ। ਮੰਗਲ ਗ੍ਰਹਿ ਵਰਗੀਆਂ ਥਾਵਾਂ ਤੇ ਸਾਡੇ ਵਰਗਾ ਬੁਨਿਆਦੀ ਜੀਵਨ ਨਹੀਂ ਹੈ। ਰਿਸਰਚ ਚੱਲ ਰਹੀ ਹੈ ਸਪੇਸ ਦੇ ਵਿੱਚ, ਹਮੇਸ਼ਾ ਲੱਭਿਆ ਜਾ ਰਿਹਾ ਕਿਤੇ ਕੋਈ ਸਾਡੇ ਵਰਗਾ ਹੋਵੇ, ਪਰ ਇਹਦਾ ਮਤਲਬ ਇਹ ਨਹੀਂ ਵੀ ਉਹਨਾਂ ਗ੍ਰਹਿਾਂ ਤੇ ਕੋਈ ਜੀਵਨ ਨਹੀਂ। ਸੂਖਮ ਰੂਹਾਂ ਵਸਦੀਆਂ ਨੇ, ਪਰ ਸਾਡੇ ਵਰਗੇ ਸਰੀਰ ਨਹੀਂ। ਹੋ ਸਕਦਾ ਹੋਣ ਵੀ ਉਹ ਸਾਡੀਆਂ ਅੱਖਾਂ ਨੂੰ ਨਜ਼ਰ ਆਉਂਦੇ ਹੋਣ। ਬੜਾ ਕੁਛ ਐਸਾ ਹੈ ਜੋ ਅਸੀਂ ਇਨਫਰਾਰੈਡ ਨਾਲ ਦੇਖ ਸਕਦੇ ਹਾਂ, ਆਪਣੀਆਂ ਅੱਖਾਂ ਨਾਲ ਨਹੀਂ ਦੇਖ ਸਕਦੇ, ਟੈਲੀਸਕੋਪ ਨਾਲ ਦੇਖ ਸਕਦੇ, ਅੱਖਾਂ ਨਾਲ ਨਹੀਂ ਦੇਖ ਸਕਦੇ, ਯੂਵੀ ਨਾਲ ਦੇਖ ਸਕਦੇ, ਪਰ ਇਹਦਾ ਮਤਲਬ ਇਹ ਨਹੀਂ ਕੁਛ ਹੈ ਨਹੀਂ। ਸਭ ਕੁਝ ਕਰਨ ਕਰਾਉਣ ਵਾਲਾ ਇੱਕ ਵਾਹਿਗੁਰੂ ਆਪ ਹੈ, ਜਿਹਦੀ ਐਨਰਜੀ ਨੇ ਸਾਰਾ ਸੰਸਾਰ ਚਲਾਇਆ। ਐਨਰਜੀ ਮਤਲਬ ਸ਼ਕਤੀ, ਪਾਵਰ। ਗੁਰੂ ਰਾਮਦਾਸ ਮਹਾਰਾਜ ਉਸ ਅਕਾਲ ਪੁਰਖ ਰਵੇ ਹੋਏ ਰਾਮ ਦਾ ਰੂਪ ਨੇ, ਉਸ ਰਾਜਾ ਰਾਮ ਨੂੰ ਸਦਾ ਨਮਸ਼ਕਾਰ ਹੈ। ਪੂਰਨ ਸਿੱਖ ਸ਼ੁਭ ਮਤ ਸਚਿਵ ਰਾਜਤ ਸਤਿਗੁਰ ਰਾਮ। ਗੁਰੂ ਕੇ ਸਿੱਖ ਸਤਿਗੁਰਾਂ ਦੇ ਪਿਆਰੇ, ਗੁਰੂ ਸਾਹਿਬ ਦੇ ਵਜ਼ੀਰ ਨੇ। ਇੱਕ ਬਾਦਸ਼ਾਹ ਦੇ ਜਿਹੜੇ ਵਜ਼ੀਰ ਹੁੰਦੇ ਉਹ ਕਈ ਵਾਰ ਨਾ ਉਸ ਬਾਦਸ਼ਾਹ ਦੇ ਉਧਰ ਵਿਰੁੱਧ ਹੁੰਦੇ, ਤਖਤ ਦੀ ਇੱਛਾ ਰੱਖਦੇ ਹੁੰਦੇ, ਦੂਜਿਆਂ ਨਾਲ ਗੈਰਾਂ ਨਾਲ ਮਿਲ ਜਾਂਦੇ ਨੇ, ਪਰ ਉਹ ਸ੍ਰਿਸ਼ਟੀ ਦੇ ਕਰਤਾ ਦੇ ਜਿਹੜੇ ਵਜ਼ੀਰ ਨੇ ਉਹਦੇ ਗੁਰਮੁਖ ਜਾਂਦੇ। ਉਹ ਕਹਿੰਦੇ ਰੱਬਾ ਤੂੰ ਸਾਡੇ ਹਿਰਦੇ ਵਿੱਚ ਵੀ ਵਸਿਆ ਹੈ। ਗੁਰੂ ਰਾਮਦਾਸ ਮਹਾਰਾਜ ਤੈਨੂੰ ਸਾਡੀ ਵੰਦਨਾ ਹੈ, ਤੁਸੀਂ ਤੇ ਰੋਮ ਰੋਮ ਚ ਨਵੇਂ ਹੋਏ ਹੋ। ਇਹ ਜਿਹੜੀਆਂ ਬੇਨਤੀਆਂ ਨੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਬਾਬਾ ਬੁੱਢਾ ਜੀ ਦੇ ਸਮੇਤ ਸੰਗਤਾਂ ਕਰਦੀਆਂ ਨੇ। ਮੈਤਰੀ ਧ੍ਰਿਤ ਕਰੁਣਾ ਖਿਮਾ ਮੁਦਤਾ ਆਠੋ ਜਾਮ। ਹੁਣ ਨੇ ਗੁਰੂ ਰਾਮਦਾਸ ਪਾਤਸ਼ਾਹ ਦੇ ਮੈਤਰੀ ਮਿੱਤਰ ਬਹੁਤ ਵੱਡੇ, ਮੁਦਤਾ ਕੋਈ ਉਹਨਾਂ ਵਰਗਾ ਖੁਸ਼ ਕੋਈ ਨਹੀਂ, ਖਿਮਾ ਨਿਮਰਤਾ ਹੈ ਉਹਨਾਂ ਦੇ ਵਿੱਚ, ਧੀਰਜ ਹੌਸਲਾ ਬਹੁਤ ਵੱਡਾ ਹੈ। ਇਹ ਗੁਣ ਸਤਿਗੁਰਾਂ ਦੇ ਵਿੱਚ ਅੱਠੇ ਪੈਰ ਰਹਿੰਦੇ ਆ, ਅੱਠੇ ਪੈਰ ਤੇ ਕਰੁਣਾ ਤੇ ਏਡੀ ਵੱਡੀ ਹੈ, ਨਮਾਣੇ ਤੇ ਇੰਨੇ ਵੱਡੇ ਨੇ, ਹੱਥ ਜੋੜ ਜੋੜ ਕੇ ਕਹਿੰਦੇ ਆ ਅਸੀਂ ਸਿਵ ਤੰਦੁਰ। ਇਹ ਗੁਣ ਕਵੀ ਕਹਿੰਦੇ ਅੱਠੇ ਪੈਰ ਨੇ। ਦੇਖੋ ਜੀ ਜਿਹੜੇ ਸਾਡੇ ਗੁਣ ਨੇ ਨਾ, ਮਾਫ਼ ਕਰਿਓ, ਅਸੀਂ ਗੁਰਦੁਆਰੇ ਆ ਕੇ ਹੋਰ ਹੁੰਦੇ ਹਾਂ, ਬਿਜ਼ਨਸ 'ਚ ਹੋਰ ਹੁੰਦੇ ਹਾਂ, ਕੌੜਾ ਸੱਚ। ਅਸੀਂ ਗਿਆਨੀ ਧਿਆਨੀ ਲੋਕ ਜਿੰਨੇ ਵੀ ਹਾਂ ਜੀ, ਸਭ ਨੂੰ ਵੀ ਮੈਂ ਕਹਿੰਦਾ ਠੀਕ ਹੈ ਜੀ, ਇਹਦੇ 'ਤੇ ਕਿਰਪਾ ਉਹ ਗੁੱਸਾ ਨਾ ਕਰੇ ਜਿਹੜਾ ਮੇਰੇ ਵਰਗਾ ਤੇ ਉਹ ਸੋਚ ਵੀ ਸਕਦਾ। ਚਾਹੇ ਕੋਈ ਪੰਡਿਤ ਹੈ, ਚਾਹੇ ਕੋਈ ਗਿਆਨੀ ਹੈ, ਚਾਹੇ ਕੋਈ ਧਿਆਨੀ ਹੈ, ਕਿ ਅਸੀਂ ਹਰ ਵੇਲੇ ਇੱਕੋ ਜਿਹੇ ਰਹੀਏ ਨਹੀਂ। ਸਾਡੀ ਹਾਲਤ ਪਾਣੀ ਵਰਗੀ ਹੈ, ਸੀਰਾ ਤਾਤਾ ਹੋਏ, ਕਿਸੇ ਨੇ ਗਾਲ ਕੱਢੀ ਗਰਮ ਹੋ ਜਾਣਾ ਅਸੀਂ, ਕਿਸੇ ਨੇ ਸਾਡੀ ਤੋਹੀਨ ਕੀਤੀ ਅਸੀਂ ਲੜ ਪੈਣਾ, ਤੇ ਕਿਸੇ ਨੇ ਸਾਡੀ ਤਾਰੀਫ ਕੀਤੀ ਅਸੀਂ ਇੰਨੇ ਖੁਸ਼ ਹੁੰਦੇ ਹਾਂ ਅੰਦਰੋਂ, ਜੀ ਕਰਦਾ ਜਾਣਾ ਜੀ ਨੂੰ ਕੀ ਹੋਇਆ। ਗੁਰੂ ਘਰ ਆ ਕੇ ਦੇਖੋ ਆਪਾਂ ਕਲਜੁਗੀ ਜੀਵਨ, ਗੁਰੂ ਘਰ ਆ ਕੇ ਅਸੀਂ ਚੰਗੇ ਬਣਨ ਦੀ ਕੋਸ਼ਿਸ਼ ਕਰਦੇ ਹਾਂ। ਇਹ ਸੋਚੋ ਵੀ ਜਦੋਂ ਧਰਮ ਦੀ ਥਾਂ ਤੇ ਜਾ ਕੇ ਅਸੀਂ ਕਹਿੰਦੇ ਹਾਂ ਇੱਥੇ ਕਿਸੇ ਦਾ ਬੁਰਾ ਨਹੀਂ ਕਰਨਾ, ਇੱਥੇ ਕਿਸੇ ਨੂੰ ਮਾੜਾ ਨਹੀਂ ਕਹਿਣਾ, ਇੱਥੇ ਉੱਚਾ ਨਹੀਂ ਬੋਲਣਾ, ਇਹ ਚੀਜ਼ਾਂ ਬੰਦੇ ਆ ਤੂੰ ਸਾਰਾ ਦਿਨ ਕਿਉਂ ਆਪਣੀ ਜ਼ਿੰਦਗੀ 'ਚ ਅਪਲਾਈ ਨਹੀਂ ਕਰਦਾ, ਉੱਥੇ ਤੈਨੂੰ ਕਿਉਂ ਲੋੜ ਹੈ। ਅਸੀਂ ਬੱਚਿਆਂ ਸਾਹਮਣੇ ਹੋਰ ਹਾਂ, ਮਿੱਤਰਾਂ ਸਾਹਮਣੇ ਹੋਰ ਹਾਂ, ਦੁਸ਼ਮਣ ਸਾਹਮਣੇ ਹੋਰ ਹਾਂ, ਧਰਮ ਦੀ ਥਾਂ ਤੇ ਜਾ ਕੇ ਅਸੀਂ ਹੋਰ ਹਾਂ,
ਪਰ ਗੁਰੂ ਰਾਮਦਾਸ ਮਰ ਦਿੱਤੇ ਉਹਨਾਂ ਦੇ ਸਿੱਖ, ਕਹਿੰਦੇ ਅੱਠੇ ਪੈਰ ਇੱਕ ਤਨ ਹੈ, ਇੱਕੋ ਜਿਹੇ ਹਨ। ਆ ਜਿਹੜੇ ਗੁਣ ਸਤਿਗੁਰਾਂ ਚ ਵਰਤਦੇ ਆ, ਹਰ ਵੇਲੇ ਵਰਤਦੇ ਨੇ। ਸਿਯੰਦਨ ਕੀ ਸੈਨਾ ਸਹਿਤ ਰਾਜਤ ਸਤਿਗੁਰ ਰਾਮ, ਦਇਆ ਖਿਮਾ ਨਿਮਰਤਾ ਪ੍ਰੇਮ ਧੀਰਜ ਹੌਸਲਾ, ਇਹ ਸਭ ਫੌਜਾਂ ਨੇ ਵੱਡੀਆਂ ਵੱਡੀਆਂ ਗੁਰੂ ਰਾਮਦਾਸ ਪਾਤਸ਼ਾਹ ਦੀਆਂ, ਜਿਹਨਾਂ ਨਾਲ ਸਤਿਗੁਰੂ ਸ਼ੋਭਾ ਦਿੰਦੇ ਨੇ। ਰਾਜਤ ਰਾਜਾ ਰਾਮ, ਮੇਰੀ ਗੁਰੂ ਰਾਮਦਾਸ ਮਰਗ ਦੇ ਚਰਨਾਂ ਵਿੱਚ ਵੰਦਨਾ ਹੈ, ਜਿਨ੍ਹਾਂ ਦੀ ਨਿਮਰਤਾ ਨੂੰ ਕਥਨ ਨਹੀਂ ਕੀਤਾ ਜਾ ਸਕਦਾ, ਜਿਨ੍ਹਾਂ ਵਰਗਾ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ। ਗੁਰਬਾਣੀ ਨੇ ਵੀ ਉਹਨਾਂ ਨੂੰ ਕਹਿ ਦਿੱਤਾ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ, ਇਹਨਾਂ ਸਵਾਰਿਆ ਸ਼ਬਦ ਆਇਆ ਨਾ ਜਿਨ ਸਿਰਿਆ, ਸਿਰਜਿਆ ਕਿਹਨੇ ਆ, ਇਹਨਾਂ ਸਵਾਰਿਆ, ਜਿਸ ਅਕਾਲ ਪੁਰਖ ਨੇ ਉਹਨਾਂ ਦੀ ਸਿਰਜਣਾ ਕੀਤੀ ਹੈ, ਉਹਨੂੰ ਉਹਨਾਂ ਆਪ ਸਵਾਰਿਆ ਹੋਇਆ। ਰਾਮਦਾਸ ਪਰਮਾਤਮਾ ਨੇ, ਗੁਰੂ ਰਾਮਦਾਸ ਆਪ ਪਰਮੇਸ਼ਰ ਨੇ, ਸਾਰ ਸਾਰ ਵਿਚਾਰ ਬਰ ਡਿਡ ਵਿਰਾਗ ਅਬਰਾਮ, ਸਾਰ ਤੇ ਅਸਾਰ, ਚੰਗਾ ਅਤੇ ਮਾੜਾ, ਇਹਦੀ ਸਮਝ ਰੱਖਣੀ ਬੜੀ ਔਖੀ ਹੈ, ਸਾਨੂੰ ਨਹੀਂ ਪਤਾ ਲੱਗਦਾ ਜੀ। ਕਈ ਵਾਰ ਨਾ ਅਸੀਂ ਮਾੜੀਆਂ ਚੀਜ਼ਾਂ ਨੂੰ ਚੰਗੀਆਂ ਸਮਝੀ ਜਾਂਦੇ ਹੁੰਦੇ, ਕਈ ਵਾਰ ਏਦਾਂ ਵੀ ਹੁੰਦਾ ਸਾਡੇ ਮਿੱਤਰ ਬਹੁਤ ਚੰਗੇ ਹੁੰਦੇ, ਅਸੀਂ ਸਾਰੀ ਜ਼ਿੰਦਗੀ ਬੁਰਾ ਹੀ ਸਮਝੀ ਜਾਂਦੇ। ਸਾਡੀ ਸਮਝ ਚ ਫਰਕ ਹੁੰਦਾ, ਸਾਨੂੰ ਤੱਤ ਦਾ, ਸੱਚ ਦਾ ਤੇ ਝੂਠ ਦਾ ਨਹੀਂ ਪਤਾ ਲੱਗਦਾ, ਤੱਤ ਤੇ ਅਤੱਤ ਦਾ ਨਹੀਂ ਪਤਾ ਲੱਗਦਾ, ਚੰਗੇ ਤੇ ਬੁਰੇ ਦਾ ਨਹੀਂ ਪਤਾ ਲੱਗਦਾ। ਕਹਿੰਦੇ ਗੁਰੂ ਰਾਮਦਾਸ ਮਰਗ ਦੇ ਸ਼ਰਨ ਵਿੱਚ ਆਇਆ ਨੂੰ ਸਾਰ ਤੇ ਅਸਾਰ ਦਾ ਪਤਾ ਲੱਗਦਾ, ਅਭਿਰਾਮ ਸੁੰਦਰਤਾ ਦਾ ਪਤਾ ਲੱਗਦਾ। ਦਰਿਆਵੀ ਸੁੰਦਰਤਾ ਕਿਹੜੀ ਹੈ? ਸੋਹਣਾ ਰੂਪ, ਸੋਹਣਾ ਰੂਪ ਅਸੀਂ ਕਹਿੰਦੇ, ਜਿਹੜਾ ਮੂੰਹ ਛਿੱਟ ਛਲੇ ਕੇ ਸਜਾਇਆ ਹੋਵੇ ਨਾ ਪਾਰਲਰ ਵਾਲਿਆਂ ਨੇ, ਲੋਕ ਉਹਨੂੰ ਸੋਹਣਾ ਸਮਝਦੇ। ਆ ਤੁਸੀਂ ਵੇਖੋ, ਮਾਫ ਕਰਿਓ, ਮਰਦ ਕਿਹੜਾ ਘੱਟ ਗਏ, ਚਲੋ ਭੈਣਾਂ ਦੀ ਗੱਲ ਛੱਡੋ ਆਪਾਂ, ਪਰ ਹੁੰਦਾ ਵੀ ਥੋੜ੍ਹੀ ਨਾ ਗੱਲ ਹੋ ਚੁੱਕੀ ਹੈ, ਬੰਦੇ ਕਿਹੜਾ ਆ ਦਿੰਦੇ ਪਾਰਲਰ ਵਾਲੇ ਤੁਰੇ ਹੁੰਦੇ ਆ ਨਾ, ਤੇ ਮੂੰਹ ਮਾਰ ਮਾਰ ਕੇ ਸਜਾਏ ਹੁੰਦੇ ਉਹਨਾਂ, ਸੋਚਾਂ ਚੜਿਆ ਹੁੰਦਾ ਹੈ, ਉਹ ਲੋਕਾਂ ਨੂੰ ਵਹਿਮ ਜਾ ਹੁੰਦਾ ਵੀ ਅੱਜ ਮੈਂ ਸੋਹਣਾ ਲੱਗਦਾ। ਬਸ ਕੋਈ ਗੱਲ ਨੀ, ਪੁੱਤ ਚਾਰ ਦਿਨ ਖੜ ਜਾ, ਜਿਵੇਂ ਬਿੱਲੀ ਦਾ ਮੂੰਹ ਚੰਡਿਆ ਸਵੇਰੇ ਵੇਖੀ, ਇਦਾਂ ਦੇ ਕੰਧਾਂ ਤੇ ਪਲਸਤਰ ਕਰਤਾ ਖੜ ਕੇ ਸੂਰਾਂ ਦੀ ਆਉਂਦਾ ਹੀ ਹੈ ਨਾ, ਇਹ ਸੁਹੱਪਣ ਨਹੀਂ ਹੈ। ਸੁਹੱਪਣ ਕੀ ਹੈ ਪੁੱਛੋ ਗੁਰਬਾਣੀ। ਸਤਿਗੁਰੂ ਕਹਿੰਦੇ ਤੇਰਾ ਅੰਮ੍ਰਿਤ ਵੇਲੇ ਜਾਗਣਾ, ਤੇਰੇ ਬੈਠੇ ਬੋਲ ਬੋਲਣੇ, ਨਜ਼ਰਾਂ ਨੀਵੀਆਂ ਰੱਖਣੀਆਂ, ਇਹਨਾਂ ਨਜ਼ਰਾਂ ਚ ਸ਼ਰਮ ਹਯਾ ਰੱਖ, ਸਭ ਦਾ ਸਤਿਕਾਰ ਕਰ, ਸਾਦਗੀ ਦੇ ਬਸਤਰ ਪਾ, ਤੂੰ ਸਭ ਤੋਂ ਸੋਹਣਾ ਲੱਗੇਗਾ। ਇਹ ਸੁਹੱਪਣ ਹੈ, ਅਸੀਂ ਸੁੰਦਰ ਬਣਨਾ ਚਾਹੁੰਦੇ ਹਾਂ ਪਰ ਨਹੀਂ। ਕਹਿੰਦੇ ਸੋਹਣਾ ਉਹ ਲੱਗਦਾ ਜਿਹਦੀ ਜ਼ੁਬਾਨ ਸੋਹਣੀ ਹੋਵੇ। ਮੰਨ ਲਓ ਜੀ ਮੈਨੂੰ ਬੋਲਣ ਦੀ ਤਮੀਜ਼ ਨਾ ਹੋਵੇ ਤੇ ਮੈਂ ਕੱਪੜੇ ਪਾਈ ਫਿਰਾਂ 1 ਲੱਖ ਦੇ, ਸੋਹਣੇ ਲੱਗਣਗੇ? ਅਗਲਾ ਕਹਿੰਦਾ ਭੂੰਡ ਗੱਲ ਬਣਿਆ ਫਿਰਦਾ ਬੋਲਣ ਦੀ ਜਗ੍ਹਾ, ਤੇ ਕੱਪੜੇ ਹੋਣ ਸਾਦਗੀ ਦੇ, ਜ਼ੁਬਾਨ ਸਾਡੀ ਵਿੱਚ ਹੋਵੇ ਰਸ, ਤੇ ਭਰੋਸਾ ਹੋਵੇ ਆਪਣੇ ਸਤਿਗੁਰ ਤੇ, ਉਹ ਜੀਹਦੇ ਕੋਲ ਬੈਠੀਏ ਕਾਲਜੇ ਠੰਡ ਵਾਲੀਏ, ਤੇ ਬੰਦਾ ਆਖਦਾ ਉਹ ਇਹਦੇ ਤੋਂ ਵੱਧ ਸੋਹਣਾ ਕੋਈ ਨੀ। ਆਖੋ ਸਭ ਨਾਮ ਕੌਣ ਸੋਹਣਾ? ਗੁਰਮਤ ਸੋਈ ਸੋਹਣੇ ਸਾਧ ਸੰਗਤ ਜਿਨ ਬਹਿਣੇ। ਗੁਰਬਾਣੀ ਕਹਿੰਦੀ ਉਹ ਸੋਹਣੇ ਨੇ ਜਿਹੜੇ ਸੰਗਤ ਵਿੱਚ ਜਾ ਕੇ ਬਹਿੰਦੇ ਆ, ਉਹ ਸੋਹਣੇ ਨੇ ਪਾਪਕ ਲੱਭ ਬਹਿਣ ਵਾਲੇ ਸੋਹਣੇ ਨੀ, ਬਦਕਾਰ ਲੋਕ ਨੇ, ਉਹ ਤੇ ਜ਼ਿੰਦਗੀ ਦੇ ਸਵਾਸਾਂ ਨੂੰ ਖਰਾਬ ਕਰ ਰਹੇ ਆ, ਬਰਬਾਦੀ ਦੇ ਤੁਲੇ ਹੋਏ ਆ, ਉਹ ਤੇ ਆਪਣੇ ਆਪ ਦੇ ਦੁਸ਼ਮਣ ਨੇ। ਸੋਹਣਾ ਕੌਣ ਹੈ?
ਜਿਹਨੇ ਆਪਣੇ ਅੰਦਰ ਨੂੰ ਸਕੂਨ ਦੇਣ ਵਾਸਤੇ ਗੁਰੂ ਦੀ ਸੰਗਤ ਬਾਣੀ ਹੈ। ਕਹਿੰਦੇ ਸਤਿਗੁਰਾਂ ਦੇ ਸਿੱਖ ਵਿਰਾਗ ਪ੍ਰੇਮ ਸਾਰ ਤੇ ਅਸਾਰ ਸਭ ਨੂੰ ਜਾਣਦੇ ਨੇ। ਯੋਗ ਧਰਮ ਗਜ ਚਮੂ ਰਾਜਤ ਸਤਿਗੁਰ ਰਾਮ। ਯੋਗ ਧਰਮ ਦੀ ਇਹ ਫੌਜ ਹੈ ਗੁਰੂ ਰਾਮਦਾਸ ਪਾਤਸ਼ਾਹ ਦੀ, ਯੋਗ ਦਰਿਆ ਵੀ ਅੱਜ ਤੇ ਗੁਰੂ ਘਰਾਂ ਚ ਵੀ ਯੋਗਾ ਬਣਿਆ ਹੋਇਆ ਤੇ ਯੋਗੇ ਵਾਲੇ ਸੁਪਰੀਮ ਕੋਰਟ ਕਰਦੇ ਇਹਦੇ ਨਾਲ ਮਾਫ ਕਰਿਓ। ਸਿੱਖ ਧਰਮ ਦਾ ਯੋਗ ਦੇ ਨਾਲ ਕੋਈ ਲੈਣ ਦੇਣ ਨਹੀਂ। ਯਾਰ ਜੇ ਲੈਣ ਦੇਣ ਹੁੰਦਾ ਤੇ ਬਾਬੇ ਨਾਨਕ ਨੂੰ ਕੀ ਲੋੜ ਪਈ ਸੀ ਸਿੱਧਾ ਨਾ ਮੱਥਾ ਮਾਰਨ ਦੀ। ਜਿਹੜਾ ਬੰਦਾ ਗੁਰੂ ਘਰ ਯੋਗ ਦੇ ਕੈਂਪ ਲਗਾਉਂਦਾ ਨਾ, ਮਾਫ ਕਰਿਓ, ਲਗਾਉਣ ਵਾਲੇ ਨੇ ਕਦੇ ਸਿੱਧ ਗੋਸਟ ਪੜ੍ਹੀ ਨਹੀਂ, ਉਹਨੂੰ ਪਤਾ ਹੀ ਨਹੀਂ ਗੁਰੂ ਨਾਨਕ ਸਾਹਿਬ ਮਹਾਰਾਜ ਕੋਲ ਸਿੱਧ ਕਿੰਨੀ ਵਾਰੀ ਆਏ, ਨਾਨਕ ਮੱਤਾ ਸਾਹਿਬ ਕੀ ਹੋਇਆ, ਸਵੇਰ ਪਰਬਤ ਤੇ ਕੀ ਹੋਇਆ, ਬਸ ਉਹ ਤੇ ਲੋਮ ਲੋਮ ਕਰਨਾ ਜਾਣਦਾ। ਕਹਿੰਦਾ ਇੱਦਾਂ ਕਰਿਆ ਕਰ, ਸੀਟ ਖਿੱਚ ਲਿਆ ਕਰ, ਕੱਢ ਲਿਆ ਕਰ, ਕੀ ਕਹਿੰਦਾ। ਇਹ ਕੰਮ ਕਰਨ ਵਾਲਾ ਅੰਮ੍ਰਿਤ ਵੀ ਭਾਵੇ ਛਕਿਆ ਹੋਵੇ, ਗੁਰੂ ਨਾਨਕ ਦੇ ਘਰ ਦਾ ਤਨਖਾਹੀਆ। ਅੱਜ ਤੇ ਮਤ ਭ੍ਰਿਸ਼ਟ ਹੋਈ ਸਾਡੇ ਲੋਕਾਂ ਦੀ, ਗੁਰਦੁਆਰਿਆਂ ਚ ਯੋਗ ਕੈਂਪ ਲਵਾਈ ਫਿਰਦੇ, ਉਹਨਾਂ ਨੂੰ ਪਤਾ ਹੀ ਨਹੀਂ ਮੂਰਖਾਂ ਨੂੰ ਯੋਗ ਕੀ ਹੈ, ਕੋਈ ਯੋਗ ਰੱਬ ਨਹੀਂ ਹੈ। ਸਾਨੂੰ ਸਤਿਗੁਰਾਂ ਨੇ ਭਗਤ ਯੋਗ ਬਖਸ਼ਿਆ, ਰਾਜ ਭਗਤ ਯੋਗ, ਕਠਿਨ ਯੋਗ ਸਾਡੇ ਕੋਲ ਨਹੀਂ ਹੈ। ਉਹ ਜਿਹੜੇ ਯੋਗੀ ਭੱਜੇ ਆਉਂਦੇ ਸੀ ਤਾਂ ਹੀ ਆਉਂਦੇ ਸੀ। ਸਤਿਗੁਰੂ ਕਹਿੰਦੇ ਉਹ ਗੱਲ ਸੁਣੋ, ਘਰ ਪਰਿਵਾਰ ਛੱਡਿਆ, ਪਤਨੀਆਂ ਨੂੰ ਮਾੜਾ ਕਹਿ ਕੇ ਛੱਡ ਕੇ ਆ ਗਏ, ਤੇ ਜਦੋਂ ਭੁੱਖ ਲੱਗਦੀ ਮੰਗਣ ਫਿਰ ਉੱਧਰ ਤੁਰ ਪੈਂਦੇ। ਉਦੋਂ ਦੀ ਔਰਤਾਂ ਦੇ ਹੱਥ ਦੀ ਰੋਟੀ ਡੰਗ ਮਾਰ ਕੇ ਉਦੋਂ ਚੰਗੀ ਲੱਗਦੀ ਹੈ, ਨਾਲੇ ਕਹਿੰਦੇ ਔਰਤ ਬੁਰੀ ਹੈ, ਫਿਰ ਉਹਦੇ ਹੱਥ ਦੀ ਰੋਟੀ ਖਾਂਦੇ। ਔਖੇ ਔਖੇ ਕੰਮ ਕਰਦੇ ਹੋ, ਪੁੱਠੇ ਲੜਕਦੇ ਫਿਰਦੇ ਹੋ, ਮਨ ਤੁਹਾਡੇ ਵਿੱਚ ਅਜੇ ਵੀ ਲਾਲਚ ਹੈ। ਯੋਗ ਸਿੱਧ ਆਸਣ ਚੌਰਾਸੀ ਇਹ ਕੀ ਕਰ ਕਰ ਰਹੇ ਆ, ਵੱਡੀ ਯਾਰ ਜਾ ਫਿਰ ਜਨਮੈ ਹਾਸਿਓ ਸਾਧਨਾ ਕਹੇ ਆ। ਸਪਸ਼ਟ ਮਤਲਬ ਨੇ ਬਾਣੀ ਦੇ, ਸਤਿਗੁਰੂ ਕਹਿੰਦੇ ਆ ਜਿੰਨੇ 84 ਆਸਣ ਕਰਦਾ ਫਿਰੀ ਚੱਲ, ਇਹ ਤੇ ਪਸ਼ੂ ਵੀ ਕਰੀ ਜਾਂਦੇ ਆ, ਬਾਂਦਰ ਕਿੰਨੀਆਂ ਟਪੂਸੀਆਂ ਮਾਰਦਾ ਮੁਕਤ ਹੋਇਆ, ਕਿੰਨੇ ਕੰਮ ਕਰਦਾ, ਕਿੰਨੇ ਜੀਵ ਜੰਤੂ ਨੇ ਜਿਹੜੇ ਪੁੱਠੇ ਸਿੱਧੇ ਹੁੰਦੇ ਆ, ਕੁਛ ਨਹੀਂ ਹੁੰਦਾ। ਕਹਿੰਦੇ ਇਹ ਸਿਰਫ ਸਰੀਰ ਨੂੰ ਕਠਿਨਾਈਆਂ ਨੇ, ਇਹ ਕਰ ਕਰਕੇ ਲੋਕ ਰਹਿ ਗਏ। ਵੱਡੇ ਵੱਡੇ ਯੋਗੀ ਲੋਕਾਂ ਭੜਕਦੇ ਵੇਖੇ, ਜੋਦੇ ਵੀ ਤੇ ਮਰ ਗਏ। ਗੁਰੂ ਸਾਹਿਬ ਕਹਿੰਦੇ ਜਿਹਨਾਂ ਨੇ ਭਗਤੀ ਕੀਤੀ, ਭਗਤ ਜੋਗ ਜੀਵਨ ਵਿੱਚ ਰੱਖਿਆ, ਭਗਤ ਪ੍ਰਹਿਲਾਦ ਦੀ ਪੂਜਾ ਕਿਉਂ ਹੈ, ਕਿਉਂ ਸਤਿਕਾਰ ਹੈ, ਭਗਤ ਧਰੂ ਦਾ ਕਿਉਂ ਸਤਿਕਾਰ ਹੈ, ਕਿਉਂਕਿ ਉਹਨਾਂ ਨੇ ਭਗਤ ਜੋਗ ਬਣਿਆ। ਯੋਗ ਦਾ ਅਰਥ ਹੁੰਦਾ ਜੁੜਨਾ ਰੱਬ ਨਾਲ, ਠੀਕ ਹੈ। ਦੁਨਿਆਵੀ ਯੋਗ ਸਰੀਰ ਨੂੰ ਜਿਵੇਂ ਦਾ ਹੈਗਾ ਉਵੇਂ ਦੇ ਮਨ ਨੂੰ ਰੱਖਣ ਚ ਕੋਸ਼ਿਸ਼ ਕਰ ਸਕਦਾ, ਠੀਕ ਨਹੀਂ ਕਰ ਸਕਦਾ। ਜੇ ਯੋਗ ਨਾਲ ਲੋਕ ਠੀਕ ਹੋਣ ਤੇ ਪਹਿਲਾਂ ਭਾਰਤ ਸਰਕਾਰ ਆ ਕੇ ਵੀ ਹੋਸਪਿਟਲ ਬੰਦ ਕਰੋ ਯਾਰ, ਸਾਰੇ ਹੈ ਕਿ ਸਾਡੇ ਕੋਲ ਕਾਣੇ ਬਾਬੇ ਕਰ ਦੋਗੇ ਸਾਰਾ ਕੁਛ, ਉਹਦੇ ਉੱਤੇ ਆਪ ਐਮਰਜੈਂਸੀ ਇੱਧਰ ਉੱਧਰ ਐਡਮਿਟ ਹੁੰਦੇ ਆ। ਮਾਫ ਕਰਿਓ, ਇਹ ਕੌੜੀਆਂ ਗੱਲਾਂ ਨੇ। ਗੁਰੂ ਸਾਹਿਬ ਕਹਿੰਦੇ ਰਾਜ ਯੋਗ ਨੂੰ ਇੱਕ ਪਾਸੇ ਕਰਕੇ ਸਤਿਗੁਰਾਂ ਨੇ ਸਿੱਖਾਂ ਨੂੰ ਭਗਤ ਯੋਗ ਬਖਸ਼ਿਆ। ਭਗਤ ਯੋਗ ਕਿਹੜਾ? ਵਾਹਿਗੁਰੂ ਵਾਹਿਗੁਰੂ ਸਮਝਣਾ, ਮੂਲ ਮੰਤਰ ਜਪਣਾ, ਇਹ ਗੁਰੂ ਤੇ ਸਿੱਖਾਂ ਦਾ ਯੋਗ ਹੈ, ਇਹ ਜੁੜਨਾ ਹੈ। ਕਹਿੰਦੇ ਇਹ ਭਗਤ ਯੋਗ ਗੁਰੂ ਰਾਮਦਾਸ ਰਾਜਾ ਜੀ ਨੇ ਆਪਣੀ ਪਿਆਰੀ ਫੌਜ ਨੂੰ ਬਖਸ਼ਿਆ। ਸਮ ਦਮ ਯੋਗ ਸੁਨੇਮ ਜਮ ਨਾਮ ਦੇ ਵਿੱਚ ਹੀ ਸਾਰੇ ਗੁਣ ਨੇ। ਸਤਿਗੁਰਾਂ ਨੇ ਸਾਨੂੰ 10 ਯਮ ਕਰਨ ਵਾਸਤੇ ਨਹੀਂ ਆਖਿਆ, ਨੇਮ ਕਰਨ ਵਾਸਤੇ ਨਹੀਂ ਆਖਿਆ। ਯਮ ਨੇਮ ਕੇ ਯੋਗ ਦੀਆਂ ਗੱਲਾਂ ਨੇ। ਤਤਿਸ਼ਾ ਸਮ ਅਤੇ ਦਮ ਇਹ ਯੋਗ ਦੀਆਂ ਖੇਡਾਂ।
ਗੁਰੂ ਨੇ ਕੇਵਲ ਸਾਨੂੰ ਸੰਤ ਦਮ ਸਿਖਾਇਆ, ਸਿੱਖਾ ਮਨ ਨੂੰ ਕਿਵੇਂ ਰੋਕਣਾ ਹੈ। ਸਰੀਰ ਪਿੱਛੇ ਬਹੁਤੀ ਦੌੜ ਭੱਜ ਸਿੱਖ ਧਰਮ ਨੇ ਨਹੀਂ ਕਰਾਈ, ਆਹ ਕਰ ਲਾ, ਨੱਕ ਬੰਦ ਕਰ ਲਾ, ਕੰਨ ਬੰਦ ਕਰ ਲਾ, ਨਹੀਂ। ਸਤਿਗੁਰੂ ਕਹਿੰਦੇ ਤੂੰ ਆਪਣੇ ਮਨ ਦੀ ਬਿਰਦੀ ਬੰਦ ਕਰਕੇ ਵੇਖ, ਤੇਰੇ ਕੰਨ ਸੁਣਦੇ ਵੀ ਸੁਣਗੇ ਨੀ ਆਪੋ ਸਤਨਾਮ। ਅਸੀਂ ਕਿਸੇ ਨਾਲ ਗੱਲਾਂ ਚ ਲੱਗੇ ਹੋਈਏ, ਸੌਖਾ ਜਿਹਾ ਕਹਿੰਦਾ ਆਪਾਂ ਕਿਸੇ ਦੀ ਬੁਰਾਈ ਕਰਦੇ ਹੋਈਏ, ਮਤਲਬ ਚੂਹਲੀ ਕਹਿ ਲਓ, ਨਿੰਦਿਆ ਕਹਿ ਲਓ, ਉੱਥੇ ਕਿਸੇ ਦਾ ਵਿਆਹ ਦਾ ਵਾਜਾ ਵੀ ਵੱਜਦਾ ਉਹ ਵੀ ਨਹੀਂ ਸੁਣਦਾ। ਧਿਆਨ ਉੱਧਰ ਹੈ, ਉੱਧਰ ਹੈ। ਤੇ ਜੇ ਪਾਠ ਸੁਣੀਏ, ਇਹ ਵੀ ਕਹਿ ਲੈਣਗੇ ਕੌੜੀ ਗੱਲ, ਪਾਠ ਸੁਣਦੇ ਹੋਏ ਗਲੀ ਵਿੱਚ ਖੇਡਦੇ ਨਿਆਣੇ ਵੀ ਕੰਨ ਖਾਂਦੇ ਨੇ ਆਪੋ ਸਤਨਾਮ। ਕਿਉਂ, ਇਹ ਕਿਉਂ ਹੋ ਰਿਹਾ? ਕਰਦਾ ਤੇ ਤੂੰ ਪਾਠ ਹੈ, ਪੜ੍ਹਦਾ ਤੂੰ ਬਾਣੀ ਹੈ, ਤੈਨੂੰ ਲੋਕਾਂ ਦਾ ਸ਼ੋਰ ਕਿਉਂ ਸੁਣਾਉਂਦਾ ਹੈ? ਸੁਣਦਾ ਹੈ ਤੂੰ ਇਸ ਲਈ ਸੁਣਦਾ ਹੈ ਕਿਉਂਕਿ ਬਾਣੀ ਵਾਲੇ ਪਾਸੇ ਮਨ ਜਾਣਾ ਹੀ ਨਹੀਂ ਜਾਂਦਾ। ਉਹ ਬਹਾਨਾ ਜਿਹਾ ਲੱਭਦਾ ਵੀ ਲੜ ਲੁੜ ਕੇ ਟਾਈਮ ਪਾਸ ਕਰ, ਉਹ ਕਿਉਂ ਬੋਲਦਾ, ਇਹਦਾ ਕਿਉਂ ਰੌਲਾ ਆ ਗਿਆ। ਪਰ ਜਦ ਬੰਦਾ ਗੀਤ ਸੁਣਦਾ ਹੋਵੇ, ਮਾੜੀਆਂ ਗੱਲਾਂ ਕਰਦਾ ਹੋਵੇ, ਮੈਂ ਕਹਿੰਦਾ ਚੀਕਾਂ ਮਾਰ ਕੇ ਕੋਈ ਆਵਾਜ਼ਾਂ ਮਾਰੀ, ਚਲੋ ਦਰਵਾਜ਼ਾ ਖੋਲਦੇ ਨਹੀਂ ਸੁਣਦਾ, ਕੀ ਗੱਲ ਕਰਦਾ ਬੁਰਾਈ ਵਾਲੇ ਪਾਸੇ ਏਕਾਗਰ। ਪਰ ਜਿਹਨਾਂ ਦੀ ਭਗਤੀ ਚ ਏਕਾਗਰਤਾ ਹੋਵੇ, ਉਹਨਾਂ ਦੀ ਏਕਾਗਰਤਾ ਪੁੱਛੋ ਭਾਈ ਮਤੀ ਦਾਸ ਨੂੰ, ਆਰਾ ਵਿਚਕਾਰੋਂ ਚੱਲਦਾ ਪਰ ਕੋਈ ਦਰਦ ਫੀਲ ਨਹੀਂ ਹੁੰਦਾ, ਆਖੋ ਸਤਨਾਮ। ਗੁਰੂ ਕੋਲੋਂ ਮਿਲਿਆ, ਗੁਰੂ ਰਾਮਦਾਸ ਪਾਤਸ਼ਾਹ ਨੇ ਕਰੁਣਾ ਮੁਦਤਾ ਮੈਤਰੀ ਸਮ ਦਮ ਨੇਮ ਯੋਗ ਯਮ ਇਹ ਸਭ ਸਿੱਖ ਦੀ ਝੋਲੀ ਪਾ ਤੇ ਸਿੱਖ ਨੂੰ ਨਹੀਂ ਕਹਿਣਾ ਪਿੱਛੇ ਫਿਰ, ਮਰਦ ਕਹਿੰਦੇ ਰਿੱਧੀਆਂ ਸਿੱਧੀਆਂ ਤੇਰੇ ਪਿੱਛੇ ਫਿਰਨਗੀਆਂ, ਨਾਮ ਤੇ ਜਪ ਕੇ ਵੇਖ। ਰਾਜੇ ਮਹਾਰਾਜੇ ਯੋਗੀ ਮੁਨੀ ਸਾਧੂ ਤਪਸਵੀ ਉਹ ਗੁਰਮੁਖਾਂ ਤੈਨੂੰ ਲੱਭਦੇ ਫਿਰਨਗੇ, ਚੌਕੜਾ ਲਾ ਕੇ ਵੇਖ ਸਹੀ। ਸਭ ਤੁਰੰਗ ਕੀ ਬਹਿਨੀ ਰਾਜਤ ਸਤਿਗੁਰ ਰਾਮ। ਰਾਮਦਾਸ ਆਪ ਸਿੰਘਾਸਣ ਤੇ ਸ਼ੋਭਾ ਦਿੰਦੇ ਨੇ, ਆਹ ਗੁਣਾਂ ਦੀਆਂ ਫੌਜਾਂ ਘੋੜੇ ਵਾਲੀਆਂ ਫੌਜਾਂ ਨੇ ਜੋ ਗੁਰੂ ਰਾਮਦਾਸ ਪਾਤਸ਼ਾਹ ਨੇ। ਮਨ ਸਾਡਾ ਵਕਾਰਾਂ ਦੇ ਘੋੜੇ ਚੜਿਆ, ਹਰ ਵੇਲੇ ਚੜਿਆ, ਸਾਨੂੰ ਕੋਈ ਨਾ ਵੀ ਕਿਸੇ ਬੁਰੀ ਥਾਂ ਤੇ ਲੈ ਕੇ ਜਾਵੇ ਨਾ, ਬੰਦਾ ਕਹਿੰਦਾ ਚੱਲ ਯਾਰ ਤੁਰਨਾ ਚੱਲਦਾ। ਅਰੇ ਕੋਈ ਵਿਆਹ ਕਿਸੇ ਦਾ ਹੋਵੇ, ਨੱਚਣਾ ਟੱਪਣਾ ਹੋਵੇ ਨਾ, ਇੱਕ ਦੋਸਤ ਨੂੰ ਕਹਿ ਦੋ ਚੱਲੀਏ, ਦੂਜਾ ਕਹਿੰਦਾ ਚੱਲ ਮੈਂ ਵੀ ਵਿਹਲਾ ਚੱਲਦੇ ਹਾਂ ਯਾਰ, ਇੱਥੇ ਵੀ ਕੀ ਹੈ। ਦੋ ਦੋਸਤਾਂ ਚ ਪੰਜ ਨੂੰ ਕਹਿ ਦਿਓ ਵੀ ਅੱਜ ਆਪਾਂ ਸਤਸੰਗ ਜਾਣਾ, ਨਾਮ ਜਪਾਂਗੇ, ਸੁਖਮਨੀ ਸਾਹਿਬ ਦਾ ਪਾਠ ਕਰਨਾ, ਉੱਥੇ ਕਥਾ ਵੀ ਸੁਣਾਂਗੇ, ਉੱਥੇ ਕੀਰਤਨ ਵੀ ਹੋਣਾ। ਕਹਿੰਦਾ ਯਾਰ ਤੂੰ ਜਾਇਆ ਮੇਰੇ ਤੇ ਕੰਨ ਰੋਧ ਨਹੀਂ ਆਖੋ ਸਕਦਾ। ਉਹ ਜਿਹੜਾ ਚੱਲਿਆ ਕਹਿੰਦਾ ਚੱਲ ਯਾਰ ਜੇ ਤੂੰ ਨਹੀਂ ਜਾਂਦਾ ਫਿਰ ਮੈਂ ਵੀ ਕੀ ਕਰਦਾ, ਵਿਅਕਤੀ ਦਾ ਫਰਕ। ਇੱਥੇ ਲੋਕਾਂ ਨੂੰ ਏਡਾ ਕਹਿ ਦਿਓ ਵੀ ਫਲਾਣੀ ਮੂਵੀ ਲੱਗੀ ਹੈ ਯਾਰ, ਦੋ ਟਿਕਟਾਂ ਫਾਲਤੂ ਨੂੰ ਚੱਲੇਗਾ, ਕਹਿੰਦਾ ਹੁਣੇ ਚੱਲਦੇ ਹਾਂ, ਹੁਣੇ ਚੱਲਦੇ ਹਾਂ। ਕਿਸੇ ਨੂੰ ਇਹ ਕਹਿ ਦਿਓ ਵੀ ਮੈਂ ਗੁਰਦੁਆਰਾ ਸਾਹਿਬ ਚੱਲੇ ਆ, ਮੇਰੀ ਸੁਖਮਨੀ ਸਾਹਿਬ ਦੀ ਰੌਲ ਹੈ ਤੇ ਨਾਲ ਜਪਜੀ ਸਾਹਿਬ ਵਾਲਾ ਇੱਕ ਸਿੱਖ ਨਹੀਂ ਮਿਲਦਾ, ਚੱਲੇਗਾ? ਕਹਿੰਦਾ ਆਪਾਂ ਕਿਹੜਾ ਸਿੱਖਿਆ ਯਾਰ, ਸਾਨੂੰ ਕਿਹੜਾ ਹੁੰਦਾ ਹੈ, ਨਾਲੇ ਮੈਂ ਤਾਂ ਨਹੀਂ ਹੈ ਕਿਸੇ ਨੇ ਨਹੀਂ ਆਉਣਾ, ਬਿਰਦੀ ਦਾ ਫਰਕ। ਤੇ ਗੁਰੂ ਰਾਮਦਾਸ ਪਾਤਸ਼ਾਹ ਨੇ ਆਪਣੇ ਸਿੱਖਾਂ ਨੂੰ ਸ਼ੁਭ ਗੁਣਾਂ ਦੀਆਂ ਫੌਜਾਂ ਦਿੱਤੀਆਂ। ਇਹ ਫੌਜਾਂ ਜਿਹੜੇ ਪਾਸੇ ਚੱਲਦੀਆਂ ਨੇ ਫਿਰ ਮਨ ਨੂੰ ਉਸ ਪਾਸੇ ਤੋਂ ਮੋੜ ਲੈਂਦੀਆਂ ਨੇ। ਮਨ ਵਿਕਾਰੀ ਹੁੰਦਾ ਨਹੀਂ, ਸ਼ਰਧਾ ਸੋਚ ਸੋ ਬੁੱਧ ਬਾਰ ਸਭ ਸ਼ੁਭ ਕਰਮ ਬਿਰਾਮ। ਸ਼ਰਧਾ ਸੋਚ ਸੁਚਰਤਾ ਬੁੱਧ ਦਾ ਉਜਲ ਹੋਣਾ ਇਹ ਚੰਗੇ ਗੁਣ ਨੇ ਸਿੱਖੀ ਦੇ। ਕਹਿੰਦੇ ਇਹ ਮਨੁੱਖ ਨੂੰ ਨਿਖਾਰਦੇ ਨੇ, ਸੋਹਣੇ ਕਰਦੇ ਨੇ, ਇਹ ਸੁਹੱਪਣ ਵੀ ਗੁਰੂ ਰਾਮਦਾਸ ਸਾਹਿਬ ਜੀ ਨੇ ਬਖਸ਼ੇ। ਵੇਖੋ ਹਰ ਬੰਦਾ ਸ਼ਰਧਾ ਨਹੀਂ ਰੱਖ ਸਕਦਾ, ਸ਼ਰਧਾ ਸ਼ਰਧਾ ਦਾ ਵੀ ਫਰਕ ਹੁੰਦਾ ਹੈ।
ਬੜੇ ਲੋਕ ਪੱਥਰਾਂ ਤੇ ਸ਼ਰਧਾ ਰੱਖੀ ਫਿਰਦੇ। ਮੈਂ ਬੜੇ ਲੋਕ ਉਹ ਵੀ ਵੇਖੇ ਜਿਹਨਾਂ ਬਾਬਿਆਂ ਵਿੱਚ ਹੱਥ ਜੋੜੀ ਫਿਰਦੇ ਸੀ, ਕਹਿੰਦੇ ਯਾਰ ਸਾਨੂੰ ਤੇ ਹੁਣ ਪਤਾ ਲੱਗਿਆ ਸਾਡੀ ਤੇ ਪ੍ਰੋਪਰਟੀ ਵੀ ਲੈ ਗਿਆ। ਅਸੀਂ ਤੇ ਰੱਬ ਮੰਨਦੇ ਰਹੇ, ਸਾਨੂੰ ਕੀ ਪਤਾ ਸੀ ਬਲਾਤਕਾਰੀ ਹੈ, ਅਸੀਂ ਤੇ ਰੱਬ ਮੰਨੇ ਹਾਂ ਸੀ। ਅੱਖਾਂ ਬੰਦ ਕਰਕੇ ਸ਼ਰਧਾ ਰੱਖਣੀ ਮਹਾਪਾਪ ਹੈ। ਪਹਿਲਾਂ ਜੇ ਤੂੰ ਇਹ ਨਹੀਂ ਡਿਸਾਈਡ ਕਰ ਪਾਇਆ ਵੀ ਮੇਰੀ ਸ਼ਰਧਾ ਹੈ ਕੀ ਦੇਖਦੇ ਹੈ, ਸਾਨੂੰ ਸਤਿਗੁਰਾਂ ਨੇ ਜਾਗਰਤ ਕੀਤਾ, ਅੰਨੀ ਸ਼ਰਧਾ ਥੋੜੀ ਸਾਨੂੰ ਦਿੱਤੀ ਹੈ, ਸਿੱਖ ਨੂੰ ਸ਼ਰਧਾ ਦਿੱਤੀ ਜਾਗਰਤੀ ਵਾਲੀ। ਕਹਿੰਦੇ ਪਹਿਲਾਂ ਮਨ ਕਰਕੇ ਜਾਗ, ਜਾਗ ਲੇ ਹੋ ਰੇ ਮਨ, ਜਾਗ ਲੇ ਹੋ, ਮਨ ਨੂੰ ਜਗਾਇਆ। ਸਰੀਰ ਦੇ ਜਾਗਣ ਦਾ ਰੌਲਾ ਨਹੀਂ ਹੈ, ਜਿਹਦਾ ਮਨ ਜਾਗਿਆ ਹੋਇਆ ਨਾ ਜੀ ਉਹ ਤੇ ਸੁੱਤਾ ਪਿਆ ਵੀ ਸਮਝ ਕਰਦਾ। ਉਹਨੂੰ ਪਾਤਸ਼ਾਹ ਕਹਿੰਦੇ ਨੇ ਕਬੀਰ ਸੁਪਨੇ ਹੁੰਗੁਰ ਰਾਏ ਕਹਿ ਜਿਹੇ ਮੁਖ ਨਿਸੈ ਰਾਮ। ਕਹਿੰਦੇ ਤੇ ਸੁੱਤੇ ਪਏ ਜੇ ਪਰੜਾਉਂਦੇ ਵੀ ਨੇ ਨਾ ਤੇ ਰਸਨਾ ਤੂੰ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਜਪਦੇ। ਬੜੇ ਗੁਰ ਸਿੱਖ ਐਸੇ ਨੇ ਆਓ ਤੁਹਾਨੂੰ ਖਾ ਕੇ ਲੈ ਕੇ ਆਏ, ਸੁੱਤੇ ਪਏ ਵੀ ਨਾਮ ਜਪਦੇ ਆ ਤੇ ਬੜੇ ਸਾਡੇ ਵਰਗੇ ਸੁੱਤੇ ਪਏ ਗਾਲਾ ਹੀ ਕੱਢੀ ਜਾਂਦੇ ਆ। ਜੋ ਦਿਨੇ ਲੜ ਕੇ ਆਏ ਉਹੀ ਰਾਤ ਨੂੰ, ਜਿਹਦੇ ਨਾਲ ਦਿਨੇ ਲੜਾਈ ਹੋਈ ਫੋਨ ਤੇ ਉਹੀ ਰਾਤ ਨੂੰ ਮਿਸ ਗੱਲਾਂ ਵਰਗੇ ਨੂੰ ਸੁੱਤੇ ਪਏ। ਉਹ ਲੱਗੀ ਜਾਂਦਾ ਵੀ ਯਾਰ ਉਹੀ ਬੰਦਾ ਹੈ, ਨਾ ਜਿਉਂਦੇ ਛੱਡੇ ਨਾ ਸੁੱਤਿਆਂ ਛੱਡੇ। ਪਰ ਬੰਦਗੀ ਵਾਲੇ ਦਿਨੇ ਜਾਗਰਤ ਵੀ ਗੁਰੂ ਦੇ ਚਰਨਾਂ 'ਚ ਜੁੜੇ ਸੁਰਤ ਨਾਲ ਤੇ ਸੁੱਤਿਆਂ ਵੀ ਸੁਰਤ ਜੁੜੀ ਹੈ। ਮਰਦ ਕਹਿੰਦੇ ਤਾ ਕੇ ਪੱਗ ਕੀ ਪਨ ਹੀ ਮੇਰੇ ਤਨ ਕੋ ਜਾਮ। ਕਹਿੰਦੇ ਐਸੇ ਰੱਬ ਦੇ ਪਿਆਰਿਆਂ ਦੀ ਚਰਨਾਂ ਦੀ ਜੁੱਤੀ ਮੇਰੇ ਸਰੀਰ ਦੇ ਚਮੜੇ ਤੋਂ ਬਣ ਜੇ। ਜਿਹੜੇ ਸੁੱਤੇ ਪਏ ਵੀ ਨਾਮ ਜਪਦੇ ਉਹ ਗੁਰੂ ਰਾਮਦਾਸ ਦੇ ਸਿੱਖ ਨੇ, ਉਸ ਰਾਜਾ ਰਾਮ ਦੇ ਪਿਆਰੇ ਸਿੱਖ ਨੇ ਜਿਨ੍ਹਾਂ ਦਾ ਮਨ ਹਰ ਵਕਤ ਸ਼ੁਭ ਗੁਣਾਂ ਦੇ ਕੋਲ ਹੈ, ਅੰਦਰੋਂ ਸ਼ਰਧਾ ਰੱਖਦਾ ਹੈ, ਅੰਦਰੋਂ ਪ੍ਰੇਮ ਰੱਖਦਾ ਏ। ਓ ਤਪ ਭਾਉ ਜੋ ਪੈਕ ਡਲ ਰਾਜਤ ਸਤਗੁਰ ਰਾਮ। ਭੈ ਡਰ ਭਾਉ ਤੇ ਭੈ ਦੋ ਚੀਜ਼ਾਂ ਨੇ ਸਿੱਖ ਦੇ ਜੀਵਨ ਚ ਹੋਣੀਆਂ ਚਾਹੀਦੀਆਂ। ਜੇ ਸਾਡੇ ਅੰਦਰ ਰੱਬ ਦਾ ਡਰ ਹੀ ਹੈ ਨੀ, ਮੈਂ ਕਹਿੰਦਾ ਜਿੰਨੀਆਂ ਮਰਜ਼ੀ ਮਾਲਾ ਕਸਾ ਲਓ, ਜਿੰਨੇ ਮਰਜ਼ੀ ਪਾਠ ਕਰ ਲਓ, ਸੋਰੀ ਕੱਖ ਨਹੀਂ ਹੋਣਾ ਆਖੋ ਸਤਨਾਮ ਜੇ ਭੈ ਨਹੀਂ ਪੈਦਾ ਹੋਇਆ। ਬਾਣੀ ਲਿਖਦੀ ਹੈ ਭੈ ਬਿਨ ਭਗਤ ਨਾ ਹੋਏ ਕੈਸੀ ਸਿੱਖਾ। ਜੇ ਤੇਰੇ ਅੰਦਰ ਗੁਰਬਾਣੀ ਦਾ ਭੈ ਨਹੀਂ ਭਗਤੀ ਕਿਹੜੀ ਕਰੇਗਾ। ਗੁਰੂ ਹਰਗੋਬਿੰਦ ਸਾਹਿਬ ਸੋਹਣੇ ਬਚਨ ਮਰਜ਼ੀ ਕਹਿੰਦੇ ਆ, ਜਿਨ ਭੈ ਅਦਬਨਾ ਬਾਣੀ ਧਾਰਾ ਜਾਣੋ ਸੋ ਸਿੱਖ ਨਹੀਂ ਹਮਾਰਾ। ਕਹਿੰਦੇ ਜਿਨ੍ਹਾਂ ਨੂੰ ਗੁਰਬਾਣੀ ਦਾ ਡਰ ਹੀ ਹੈ ਨੀ, ਜਿਹੜੇ ਗੁਰਬਾਣੀ ਤੋਂ ਡਰਦੇ ਹੈ ਨੀ, ਸਤਿਗੁਰੂ ਕਹਿੰਦੇ ਉਹ ਸਿੱਖ ਥੋੜੀ ਨੇ ਮੇਰੇ। ਤੇ ਹੁਣ ਸੋਚ ਕੇ ਵੇਖੇ ਸੀ ਕਿੰਨਾ ਕੁ ਸਤਿਕਾਰ ਗੁਰਬਾਣੀ ਦਾ ਕਰਦੇ, ਸਾਨੂੰ ਕਿੰਨਾ ਕੁ ਖੌਫ ਹੈ, ਕਿੰਨਾ ਕੁ ਭੈ ਹੈ ਗੁਰੂ ਕੀ ਬਾਣੀ ਦਾ। ਪਵਿੱਤਰਤਾ ਹੋਵੇ ਮਨ ਵਿੱਚ ਤੇ ਗੁਰੂ ਦਾ ਭੈ ਹੋਵੇ, ਇਹਦੇ ਨਾਲ ਅੰਦਰੋਂ ਪ੍ਰੇਮ ਪ੍ਰਗਟ ਹੁੰਦਾ। ਇਹ ਗੁਰੂ ਰਾਮਦਾਸ ਜੀ ਦੀਆਂ ਇਹ ਫੌਜਾਂ ਨੇ, ਉਸ ਰਾਜਾ ਰਾਮ ਦੀਆਂ ਜਿਹਦੀਆਂ ਫੌਜਾਂ ਨੇ ਸਭ ਦੇ ਅੰਦਰ ਭੈ ਪੈਦਾ ਕੀਤਾ, ਪ੍ਰੇਮ ਪੈਦਾ ਕੀਤਾ। ਇਹ ਸ਼ੁਭ ਗੁਣਾਂ ਨੇ ਸਾਡੇ ਵਿੱਚ ਵੀ ਆ ਜਾਂਦੇ, ਸਾਨੂੰ ਗੁਰੂ ਤੋਂ ਡਰ ਲੱਗੇ, ਸਾਨੂੰ ਬਾਣੀ ਦਾ ਭੈ ਹੋਵੇ। ਦੇਖੋ ਬੰਦਾ ਜੀ ਤੋਂ ਡਰਦਾ ਨਾ ਉਹਨੂੰ ਸੱਚਾ ਪਿਆਰ ਕਰਦਾ, ਇਹ ਪ੍ਰੇਮ ਦੀ ਨਿਸ਼ਾਨੀ। ਜੇ ਸਾਨੂੰ ਕਿਸੇ ਆਪਣੇ ਮਿੱਤਰ ਤੋਂ ਡਰ ਨਹੀਂ ਨਾ ਲੱਗਦਾ ਵੀ ਕੋਈ ਨੀ ਫਿਰ ਕੀ ਬੁਲਾਉਣੀ ਹੈ, ਇਹਦਾ ਮਤਲਬ ਤੁਸੀਂ ਅੰਦਰੋਂ ਉਹਦੇ ਨਾਲ ਕੋਈ ਲਗਾਵ ਨਹੀਂ ਰੱਖਦੇ ਹੋ, ਐਵੇਂ ਸਮਝਦੇ ਹੋ। ਤੇ ਜੇ ਤੁਹਾਨੂੰ ਡਰ ਲੱਗਦਾ ਗਲਤੀ ਕਰਕੇ ਵੀ ਗਲਤੀ ਹੋ ਗਈ ਪਤਾ ਨੀ ਉਹਨੇ ਮੇਰੇ ਨਾਲ ਕੀ ਕਰਨਾ, ਤੇ ਇਹ ਜਿਹੜਾ ਡਰ ਹੈ ਨਾ ਇਹ ਤੁਹਾਡੇ ਸੱਚ ਨੂੰ ਵਿਖਾਉਂਦਾ ਵੀ ਤੁਸੀਂ ਅੰਦਰੋਂ ਪਰਤਾਂ ਚੀਰ ਕੇ ਵੀ ਉਹਦੇ ਹੋ। ਜੇ ਸਿੱਖ ਦੇ ਅੰਦਰ ਗੁਰੂ ਪ੍ਰਤੀ ਡਰ ਹੈ, ਅੱਜ ਨਿਤਨੇਮ ਨਹੀਂ ਕੀਤਾ,
ਅੱਜ ਮੈਂ ਅੰਮ੍ਰਿਤ ਵੇਲੇ ਜਾਗਿਆ ਨਹੀਂ, ਸਾਨੂੰ ਪੁੱਛੋ ਅੱਜ ਲੇਟ ਉੱਠੇ ਆ, ਕਹਿੰਦਾ ਫੇਰ ਕੀ ਆ, ਦੇਣਾ ਆਪਣਾ ਹੀ ਹੈ, ਆਪਾਂ ਕਿਹੜਾ ਬਦੀ ਕੱਢਣੀ ਹੈ। ਪਰ ਕਿਸੇ ਬੰਦਗੀ ਵਾਲੇ ਨੂੰ ਪੁੱਛਿਓ, ਉਹ ਕਹਿੰਦਾ ਸੱਚੇ ਪਾਤਸ਼ਾਹ ਵੇਖਿਓ ਮੇਰੇ ਐਸਾ ਸਮਾਂ ਨਾ ਆਵੇ ਮੈਂ ਸੁੱਤਾ ਹੀ ਰਹਿ ਜਾਂ, ਐਸਾ ਸਮਾਂ ਨਾ ਆਵੇ ਮੈਂ ਪਾਣੀ ਤੋਂ ਦੂਰ ਹੋ ਜਾਂ, ਮਰਦ ਰੋਟੀ ਮਿਲੇ ਨਾ ਮਿਲੇ ਪਰ ਤੇਰੀ ਬੰਦਗੀ ਹੋਵੇ। ਆਖੋ ਸਤਨਾਮ ਨੇਮ ਤੇ ਪ੍ਰੇਮ ਨਾ ਟੁੱਟੇ ਨਹੀਂ ਟੁੱਟਣ। ਐਸੇ ਰਾਜਾ ਰਾਮ ਗੁਰੂ ਰਾਮਦਾਸ ਮਹਾਰਾਜ ਸ਼ੁਭ ਗੁਣ ਆਪਣੇ ਪਿਆਰਿਆਂ ਨੂੰ ਵੰਡਦੇ ਆ। ਅਸੀਂ ਜਿਹੜੀਆਂ ਕੀਮਤੀ ਚੀਜ਼ਾਂ ਕੋਲੇ ਰੱਖਦੇ ਆ, ਅਸੀਂ ਲੋਕਾਂ ਨੂੰ ਉਹ ਦਿੰਦੇ ਆ, ਜਿਹੜੀ ਮੰਨ ਲਓ ਗੁਣ ਆਪਾਂ ਰੱਖਿਆ ਔਗਣ ਦੂਜੇ ਗੱਲ ਪਾਤਾ, ਚੰਗਾ ਕੰਮ ਕੀਤਾ ਮੈਂ, ਮਾੜਾ ਕੀਤਾ ਸਾਡਾ ਬੱਚਾ ਹੱਸਦਾ ਰਿਹਾ ਸਾਡੇ ਕਰਕੇ, ਜੇ ਰਵਾਇਆ ਤੇ ਇਹਨੇ ਕਪਟਾ ਨਾ ਮੰਨਦਾ। ਪਰ ਗੁਰੂ ਗੁਰੂ ਜਪਣ ਵਾਲੇ, ਗੁਰੂ ਰਾਮਦਾਸ ਮਰਦ ਨੂੰ ਪਰਿਪੂਰਨ ਪਰਮਾਤਮਾ ਮੰਨਣ ਵਾਲੇ ਇਹਨਾਂ ਗੁਣਾਂ ਦੇ ਧਾਰਨੀ ਹੋ ਕੇ ਮਨ ਵਿੱਚ ਭੈ ਰੱਖਦੇ ਨੇ। ਪ੍ਰੇਮ ਬਲੀ ਸੈਨਾ ਪਤੇ ਹਰ ਕੀਰਤਨ ਅਬਰਾਮ। ਤੇ ਪ੍ਰੇਮ ਸਤਿਗੁਰਾਂ ਦਾ ਸੈਨਾਪਤੀ ਹੈ ਜਿਹੜਾ ਹਰੀ ਦੇ ਕੀਰਤਨ ਨੂੰ ਸੁਣ ਸੁਣ ਕੇ ਵੱਧ ਹੈ, ਰੱਬ ਦੇ ਕੀਰਤਨ ਨੂੰ, ਰੱਬ ਦੀ ਮਹਿਮਾ। ਤੇ ਸੱਚੀ ਗੱਲ ਆ ਜੀ, ਨਾਮ ਜਪਣ ਵਾਲੇ ਦੀ ਕਦੇ ਸਿਫਤ ਕਰਕੇ ਵੇਖਿਓ, ਡਾਂਗਾ ਮਾਰ ਮਰ ਪਿੰਡ ਪੂਰੀ ਕਰ ਦੂ, ਇਹ ਨਿਸ਼ਾਨੀ ਆ। ਤਾਂ ਸਾਡੀ ਜਿੰਨੀ ਮਰਜ਼ੀ ਕਰੀ ਚੱਲੋ ਬਾਹਰ, ਅਸੀਂ ਆਪੇ ਕਹੀ ਜਾਂਦੇ ਹੁੰਦੇ ਆ ਅੱਜ ਕਿੱਦਾਂ ਲੱਗੀ ਗੱਲਾਂ, ਫਿਰ ਠੀਕ ਹੈ, ਅੱਜ ਮੈਂ ਕੀਰਤਨ ਕੀਤਾ ਵਧੀਆ ਸੀ, ਅੱਜ ਮੈਂ ਪਾਠ ਕੀਤਾ ਆਵਾਜ਼ ਸੋਹਣੀ ਸੀ ਮੇਰੀ। ਤੇ ਕਿਸੇ ਬੰਦਗੀ ਵਾਲੇ ਨੂੰ ਕਹਿ ਕੇ ਵੇਖਿਓ ਵੀ ਯਾਰ ਅੱਜ ਨਾ ਤੂੰ, ਸੱਚੀ ਗੱਲ ਆ, ਜਦ ਬੋਲਦਾ ਸੀ ਰੱਬ ਵਰਗਾ ਲਾ ਉਹਦਾ ਡਾਂਗ ਚੁੱਕ ਲੜੀ, ਕਹਿੰਦਾ ਅੱਜ ਕਹਿਤਾ ਬੋਲਣਾ ਬੋਲਦੀ ਹੈ ਤਾਂ ਦੇਖੀ ਕਿਤੇ, ਕਹਿ ਕੇ ਵੇਖੋ ਬਾਬਾ ਜੀ ਬੜੀ ਕਿਰਪਾ ਤੁਹਾਡੇ ਤੇ, ਬੜੀ ਬੰਦਗੀ ਕਰਦੇ, ਕਹਿੰਦੇ ਖਬਰਦਾਰ ਜਿਹੋ ਜਿਹੀ ਗੱਲ ਕੀਤੀ ਦੋਗਾ, ਉਹ ਸਿਫਤ ਨਹੀਂ ਸੁਣਦੇ। ਕਿਹਦੀ ਸਿਫਤ ਸੁਣਦੇ? ਕਹਿੰਦੇ ਸਿਫਤ ਕਰਨੀ ਤੇ ਵਾਹਿਗੁਰੂ ਦੀ ਗੱਲ, ਸਤਨਾਮ ਆਹ ਵੈਠ ਪਾਣੀ ਹੀ ਕਰੀਏ, ਆਹ ਵੈਠ ਰੱਬ ਦੀ ਗੱਲ ਕਰੀਏ, ਸਾਡੀਆਂ ਕਾਹਦੀਆਂ ਗੱਲਾਂ ਕਰਨੀਆਂ ਨੇ। ਇਹ ਤੇ ਪੰਜ ਤੱਤਾਂ ਦਾ ਸਰੀਰ ਅੱਜ ਵੀ ਮਰਿਆ ਕੱਲ ਵੀ ਮਰੇਗਾ, ਕੀ ਹੈ ਇਹ ਕਿਹੜਾ ਸੱਚਾ ਹੈ? ਨਾ ਤੇਰਾ ਸੱਚਾ ਨਾ ਮੇਰਾ ਸੱਚਾ, ਜੋ ਸੱਚ ਹੈ ਉਹਦੇ ਬਾਰੇ ਗਾਉਂਦੇ ਨਹੀਂ। ਗੁਰੂ ਰਾਮਦਾਸ ਮਹਾਰਾਜ ਦਾ ਸਭ ਤੋਂ ਵੱਡਾ ਸੈਨਾਪਤੀ ਪ੍ਰੇਮ ਹੈ, ਤੇ ਜਿਹਦੇ ਅੰਦਰ ਪ੍ਰੇਮ ਆ ਜਾਏ ਤੇ ਗੁਰੂ ਕਲਗੀ ਧਰ ਕੀ ਕਹਿੰਦੇ, ਸਾਚ ਕਹੂੰ ਸੁਣ ਲੇਹੋ ਸਤਹਿ ਜਿਨ ਪ੍ਰੇਮ ਕੀਓ ਤੈਨਹੀ ਪ੍ਰਭ ਪਾਇਓ। ਉਹ ਜਿਨ੍ਹਾਂ ਨੇ ਪ੍ਰੇਮ ਕੀਤਾ ਰੱਬ ਮਿਲਦਾ ਹੀ ਉਹਨਾਂ ਨੂੰ, ਉਹਨਾਂ ਨੂੰ ਮਿਲਦਾ। ਭਗਤ ਧੰਨਾ ਜੀ ਦਾ ਜੀਵਨ ਪੜ੍ਹ ਕੇ ਵੇਖੋ, ਭਗਤ ਨਾਮਦੇਵ ਜੀ ਦਾ ਜੀਵਨ ਪੜ੍ਹ ਕੇ ਵੇਖੋ, ਭਗਤ ਫਰੀਦ ਜੀ ਦਾ ਪੜ੍ਹ ਕੇ ਵੇਖੋ, ਉਹਨਾਂ ਦੇ ਜੀਵਨ 'ਚ ਇੱਕ ਚੀਜ਼ ਮਿਲੇਗੀ, ਉਹਨਾਂ ਪ੍ਰੇਮ ਕੀਤਾ ਉਸ ਖੁਦਾ ਨਾਲ, ਜਿਹਨੂੰ ਸਾਹਿਬ ਕਹਿੰਦੇ ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਰੱਖੀ। ਉਹਦੇ ਖੁਦਾ ਦੇ ਰੰਗਾਂ ਦੇ ਵਿੱਚ ਉਹਦੇ ਦੀਦਾਰਾਂ ਵਿੱਚ ਹੀ ਰੰਗੇ ਹੋਏ ਆ, ਉਹਨਾਂ ਨੂੰ ਵੀ ਦੂਜਾ ਤੀਜਾ ਸੋਚਦਾ। ਉਹ ਕਹਿੰਦੇ ਮੇਰੇ ਰੱਬ ਤੋਂ ਵੱਡਾ ਕੋਈ ਸੋਹਣਾ ਨਹੀਂ ਹੋ ਸਕਦਾ, ਉਸ ਕਾਦਰ ਵਰਗਾ ਕੋਈ ਹੋ ਨਹੀਂ ਸਕਦਾ। ਤੁਸੀਂ ਆਖੋ ਫਲਾਣਾ ਬੜਾ ਚੰਗਾ ਹੈ, ਉਹ ਕਹਿੰਦਾ ਨਹੀਂ, ਚੰਗੇ ਸਾਰੇ ਹੋਣਗੇ, ਮੇਰੇ ਰੱਬ ਵਰਗਾ, ਮੇਰੇ ਯਾਰ ਵਰਗਾ ਚੰਗਾ, ਉਹਦੇ ਵਰਗਾ ਸੋਹਣਾ ਨਹੀਂ ਕੋਈ। ਇਹ ਬਰਕਤਾਂ ਨੇ ਪ੍ਰੇਮ ਦੀਆਂ। ਸਤਿਗੁਰੂ ਕਹਿੰਦੇ ਐਸਾ ਪ੍ਰੇਮ ਜਦੋਂ ਸੈਨਾਪਤੀ ਬਣ ਕੇ ਸਿੱਖ ਦੇ ਜੀਵਨ ਵਿੱਚ ਵੱਸਦਾ ਹੈ ਤੇ ਵਿਕਾਰਾਂ ਦੀ ਫੌਜ, ਕਾਮ ਕ੍ਰੋਧ ਲੋਭ ਅਹੰਕਾਰ ਕਾਬੂ ਵਿੱਚ ਆਉਂਦੇ ਨੇ। ਦਬ ਇਹ ਨਿਰਭੈ ਭਜਨ ਰਾਜਤ ਸਤਿਗੁਰ ਰਾਮ। ਫਿਰ ਗੁਰੂ ਦਾ ਸਿੱਖ ਨਡਰ ਹੋ ਜਾਂਦਾ ਹੈ। ਇਹ ਨਗਾਰੇ ਵੱਜਦੇ ਕਿਹੜੇ? ਕਹਿੰਦੇ ਮੈਨੂੰ ਕਿਸੇ ਮੌਤ ਦਾ ਡਰ ਨਹੀਂ। ਉਹ ਕੀ ਕਹਿੰਦੇ ਆ? ਕਬੀਰ ਮੋਹੇ ਮਰਨੇ ਕਾ ਚਾਉ ਹੈ, ਹੈ ਕਿਸੇ ਨੂੰ ਚਾਹ ਲੈ ਮਾਂ ਕਰਿਓ। ਕਹਿੰਦੇ ਬਾਬਾ ਜੀ ਇਹੋ ਜਿਹੀ ਗੱਲ ਨਾ ਕਰਿਆ ਕਰੋ, ਸਾਡਾ ਨਾਮ ਯਾਰ ਮਰਨ ਮੁਰਨ ਵਾਲੀਆਂ ਗੱਲਾਂ ਦਾ ਸੁਣਾਇਆ ਕਰੋ, ਬੜਾ ਡਰ ਲੱਗਦਾ।
ਮਿਲਦੇ ਨਾ ਬੱਚੇ, ਹੋਰ ਸੁਣਾਓ ਕੋਈ। ਮੈਂ ਕਿਹਾ ਹੋਰ ਜਿਹਦੀ ਮਰਜ਼ੀ ਗੱਲ ਕਰ ਲਾ, ਜਿਹਦੀ ਵੀ ਗੱਲ ਕਰੇਗਾ ਮਰਨਾ ਉਹਨੇ ਵੀ ਹੈ, ਚਾਹੇ ਉਹ ਪਦਾਰਥ ਹੈ, ਮਿੱਟੀ ਦਾ, ਪੱਥਰ ਦਾ, ਕੋਈ ਕੁਛ ਵੀ ਹੈ, ਵਿਅਕਤਿਤਵ ਕਿਸੇ ਦਾ ਹੈ ਨਹੀਂ ਹੈ, ਹਰ ਇੱਕ ਚੀਜ਼ ਮਰਨ ਵਾਲੀ ਹੈ। ਇੱਕ ਮਰਦਾ ਨਹੀਂ ਨਿਰੰਕਾਰ, ਜਿਹੜਾ ਸਦਾ ਰਹਿਣ ਵਾਲਾ, ਜਿਹਦੇ ਉੱਤੇ ਕਾਲ ਹੈ ਨਹੀਂ। ਇਸੇ ਕਰਕੇ ਗੁਰਬਾਣੀ ਨੇ ਉਹਨੂੰ ਅਕਾਲ ਆਖਿਆ, ਅਕਾਲ ਮੌਤ ਤੋਂ ਰਹਿ, ਮੌਤ ਉਹਦੀ ਸਾਜੀ ਹੈ। ਸ਼ਤਰ ਮਨ ਦੇਸ਼ ਮੇ ਰਾਜ ਕਰਤ ਰਚ ਧਾਮ। ਅਗਲਾ ਬਚਨ ਸਤਿਗੁਰੂ ਕਹਿੰਦੇ, ਕਹਿੰਦੇ ਸਰੀਰ ਰੂਪ ਦੇਸ਼ ਦੇ ਵਿੱਚ, ਕਵੀ ਜੀ ਮਹਿਮਾ ਚ ਲਿਖਦੇ, ਕਹਿੰਦੇ ਜਿਹੜਾ ਮੋਹ ਦਾ ਦੁਸ਼ਮਣ ਹੈ ਨਾ, ਇੱਕ ਘਰ ਬਣਾ ਕੇ ਰਾਜ ਕਰਨ ਦੀ ਕੋਸ਼ਿਸ਼ ਕਰਦਾ ਹੈ। ਦੇਖੋ ਜੀ, ਮੈਂ ਆ ਤੁਸੀਂ ਉਹ ਜਿੰਨੇ ਵੀ ਆ, ਸਾਡੀ ਸਭ ਤੋਂ ਵੱਡੀ ਦੁਸ਼ਮਣੀ ਕਿਹਦੇ ਨਾਲ ਹੈ? ਮੋਹ ਨਾਲ ਨਹੀਂ, ਸਾਨੂੰ ਲੱਗਦਾ ਵੀ ਮੋਹ ਤੇ ਸਾਡਾ ਯਾਰ ਹੈ। ਮੋਹ ਕੀ ਹੈ? ਹਰ ਇੱਕ ਚੀਜ਼ ਨੂੰ ਕਹਿੰਦਾ ਮੇਰੀ, ਮੈਂ, ਮੇਰਾ। ਇਹਦੀ ਹਵਾ ਵਿੱਚ ਆ ਕੇ ਬੰਦਾ ਭੁੱਲ ਜਾਂਦਾ ਰੱਬ ਕੌਣ ਹੈ। ਜੇ ਪੁੱਤ ਦਾ ਮੋਹ ਆ ਗਿਆ, ਰੱਬ ਦੀ ਯਾਦ, ਪੋਤਰੀ ਦਾ ਆ ਗਿਆ, ਰੱਬ ਦੀ ਯਾਦ, ਦੋਤਰੇ ਦੋਤਰੀ ਦਾ ਆ ਗਿਆ, ਰੱਬ ਨਹੀਂ ਯਾਦ, ਇਹ ਮੋਹ ਕਿਸੇ ਰਿਸ਼ਤੇਦਾਰੀ ਨਾਤੇ ਚ ਆ ਗਿਆ, ਨਹੀਂ ਯਾਦ, ਫਿਰ ਇਸ ਮੋਹ ਵਿੱਚ ਆਇਆ ਬੰਦਾ ਆਪਣੇ ਮਨ ਦਾ ਦੁਸ਼ਮਣ ਬਣ ਕੇ ਉਹ ਕੰਮ ਵੀ ਕਰਦਾ ਜੋ ਮਨ ਦੀ ਅਲਾਓ ਵੀ ਕਰਦਾ। ਕਹਿੰਦਾ ਯਾਰ, ਦੋ ਪੁੱਤ ਨੇ, ਦੋਨਾਂ ਨੂੰ ਪ੍ਰੋਪਰਟੀ ਤੇ ਬਣਾ ਕੇ ਦੇਣੀ ਹੈ, ਭਾਵੇਂ ਮੈਨੂੰ ਕਿਸੇ ਦੀ ਹੋਣੀ ਪਵੇ, ਕਿਸੇ ਦਾ ਗਲ ਵੱਢਣਾ ਪਵੇ, ਕਿਸੇ ਦਾ ਹੱਕ ਹੋਣਾ ਪਵੇ। ਸਤਿਗੁਰੂ ਕਹਿੰਦੇ ਆਹ ਜਿਹੜਾ ਮੋਹ ਸ਼ਤਰ ਸੀ, ਦੁਸ਼ਮਣ ਸੀ, ਇਹਨੂੰ ਯਾਰ ਬਣਾ ਲਿਆ। ਤੇ ਹਰ ਬੰਦੇ ਦੀ ਜ਼ਿੰਦਗੀ ਗਲੀ ਪਈ ਆ ਰੋਜ਼, ਕਿਸੇ ਨੂੰ ਪੁੱਛੋ ਗੱਲਾਂ ਬਿਠਾ ਕੇ ਅੱਧਾ ਘੰਟਾ ਵੀ ਸੱਚੀ ਦੱਸੀ ਸਾਰੀ ਜ਼ਿੰਦਗੀ 'ਚ ਕੀ ਕੀਤਾ, ਕਹਿੰਦਾ ਨੌਕਰੀ ਕੀਤੀ, ਜ਼ਮੀਨ ਬਣਾਈ, ਪ੍ਰੋਪਰਟੀ ਇਕੱਠੀ ਕੀਤੀ, ਵਰਲਡ ਵਾਈਡ ਗੇੜਾ ਲਾਇਆ। ਉਹਨੂੰ ਪੁੱਛੋ ਸਭ ਕੁਛ ਕਰ ਲਿਆ, ਕੋਈ ਹੋਰ ਕਰ? ਬਾਅਦ ਚ ਹੱਥ ਜੋੜ ਕੇ ਕਹਿੰਦਾ ਰੱਬ ਦਾ ਬੜਾ ਕੁਛ ਦਿੱਤਾ ਹੋਇਆ, ਦਿੱਤਾ ਤੇ ਬਹੁਤ ਕੁਛ ਆ ਰੱਬ ਦਾ, ਇੱਥੋਂ ਸੰਭਾਲਿਆ ਨਹੀਂ ਗਿਆ। ਸੱਚੀ ਸੱਚੀ ਦੱਸੀ, ਕਦੇ ਇਸ ਮਨ ਨੂੰ ਸਕੂਨ ਆਇਆ? ਕਦੇ ਆਪਣੇ ਅੰਦਰ ਦੀ ਸੰਤੁਸ਼ਟੀ ਹੋਈ? ਭੁੱਬਾਂ ਮਾਰ ਕੇ ਰੋ ਪੈਂਦਾ ਬੰਦਾ, ਕਹਿੰਦਾ ਨਹੀਂ, ਸਭ ਕੁਛ ਹੋ ਰਿਹਾ। ਪਦਾਰਥਾਂ ਦੇ ਮੋਹ ਵਿੱਚ ਫਸੇ ਲੋਕ ਤੁਹਾਡੀ ਉਦੋਂ ਤੱਕ ਹੀ ਇੱਜ਼ਤ ਕਰਦੇ ਆ ਜਦੋਂ ਤੱਕ ਤੁਹਾਡੇ ਕੋਲ ਪਦਾਰਥ ਨੇ। ਬਾਣੀ ਲਿਖਦੀ ਮਨ ਮੁੱਖ ਸਿਰਤੀ ਦੋਸਤੀ ਥੋੜ੍ਹੇ ਆ ਵਿਚਾਰ। ਜਿਹਨੂੰ ਜ਼ਿਆਦਾ ਮੋਹ ਆਉਂਦਾ ਨਾ ਵੀ ਮੇਰਾ ਪਰਿਵਾਰ ਮੇਰਾ ਬਹੁਤ ਕਰਦਾ ਲੈ, ਪੈਸੇ ਦੇਣੇ ਬੰਦ ਕਰ ਦਿਓ, ਲਿਖ ਕੇ ਦੇ ਦਿਓ ਵੀ ਵੇ ਪ੍ਰੋਪਰਟੀ ਮੈਂ ਗੁਰਦੁਆਰੇ ਨਾ ਕਰਾਉਣ ਲੱਗਾ, ਤੇ ਘਰੇ ਜਾ ਕੇ ਦੱਸਿਓ ਵੀ ਮੁੰਡਾ ਕਿੰਨਾ ਪਿਆਰ ਕਰਦਾ ਸਤਨਾਮ, ਵੀ ਚੁੱਕੇ ਬਾਹਰ ਨਾ ਪਾਇਆ। ਜਿਹਨੂੰ ਇਹ ਲੱਗਦਾ ਵੀ ਮੇਰੇ ਬਿਨਾਂ ਘਰੇ ਕੁਛ ਨਹੀਂ ਹੋਣਾ, ਇੱਕ ਵਾਰ ਲਿਖ ਕੇ ਦੇ ਦਿਓ, ਮੈਂ ਆਪਣਾ ਘਰ, ਆਪਣੀ ਪ੍ਰੋਪਰਟੀ, ਸਭ ਕੁਝ ਜੋ ਕੁਝ ਚੱਲ ਜਾਇਦਾਦ ਹੈ, ਅੱਜ ਤੋਂ ਬਾਅਦ ਫਲਾਣੇ ਗੁਰਦੁਆਰੇ ਦੇ ਨਾਮ ਚੈਰਿਟੀ ਦੇ ਨਾਂ ਕਰਦਾ, ਘਰੇ ਵੜ ਕੇ ਕਰਾ ਦੇ ਕੌਣਾ ਤੁਹਾਡਾ? ਸਭ ਤੁਹਾਡੇ ਪਦਾਰਥਾਂ ਦੇ, ਚਾਹੇ ਮੇਰਾ ਪਰਿਵਾਰ ਹੈ, ਕਿਸੇ ਦਾ ਪਰਿਵਾਰ ਹੈ। ਗੁਰਬਾਣੀ ਸਪਸ਼ਟ ਕਹਿੰਦੀ ਹੈ, ਸਤਿਗੁਰੂ ਕਹਿੰਦੇ ਮੋਹ ਤੇਰਾ ਦੁਸ਼ਮਣ ਹੈ, ਤੂੰ ਇਸ ਮੋਹ ਵਿੱਚ ਫਸ ਕੇ ਉਹ ਸਵਾਸ ਖਚਤ ਕਰਦੇ ਜਿਹੜੇ ਕਰੋੜਾਂ ਰੁਪਈਏ ਲਾ ਕੇ ਇੱਕ ਵੀ ਲੈ ਸਕਦੇ। ਇਹ ਚੀਜ਼ ਹਜ਼ਰ ਕਰਦੇ, ਜਨਮ ਮਿਲਿਆ ਸੀ ਬੰਦਗੀ ਲਈ, ਜਨਮ ਮਿਲਿਆ ਸੀ ਰੱਬ ਨੂੰ ਮਿਲਣ ਵਾਸਤੇ, ਅਸੀਂ ਮਿਲਦੇ ਲੋਕਾਂ ਨੂੰ ਮਿਲਦੇ ਹਾਂ, ਤੇ ਦੁਨੀਆਂ ਇਸ ਥਾਂ ਤੋਂ ਬਾਜ਼ੀ ਹਾਰ ਕੇ ਜਾਂਦੀ ਹੈ। ਸਾਕਤ ਬਾਜ਼ੀ ਹਾਰੀ ਜੀਓ, ਸਾਹਿਬ ਕਹਿੰਦੇ ਸਾਕਤ ਲੋਕ ਉਹ ਨਹੀਂ ਹੁੰਦੇ ਜਿਹੜੇ ਹੱਡ ਮਾਸ ਖਾਂਦੇ ਆ, ਸਾਕਤ ਉਹ ਵੀ ਨੇ ਜਿਹੜੇ ਖਾਲੀ ਹੱਥ ਰੱਬ ਦੇ ਕੋਲ ਜਾ ਰਹੇ ਆ, ਦਰਗਾਹ ਜਾ ਰਹੇ ਆ, ਨਾ ਬੰਦਗੀ ਕੀਤੀ, ਨਾ ਨਾਮ ਜਪਿਆ, ਨਾ ਗੁਰੂ ਵਾਲੇ ਬਣੇ, ਉਹਨੂੰ ਸਾਕਤ ਕਹਿੰਦੇ।
ਗੁਰੂ ਰਾਮਦਾਸ ਮੱਝ ਦੇ ਦਰ ਤੇ ਕੋਈ ਸਾਧਕ ਵੀ ਆਇਆ, ਕੋਈ ਔਗਣਾ ਦਾ ਭਰਿਆ ਵੀ ਆਇਆ, ਕਿਸੇ ਨੇ ਸਤਿਗੁਰਾਂ ਦੀ ਵਡਿਆਈ ਵੀ ਸੁਣੀ, ਸਾਹਿਬ ਜੀ ਨੇ ਉਹਨਾਂ ਨੂੰ ਗੱਲ ਲਾਇਆ, ਆਪਣਾ ਹੀ ਬਣਾਇਆ ਏ ਵਾਰਿਸ਼ਾਰ ਪ੍ਰਜੈ ਕਰਿਓ ਰਾਜਤ ਸਤਿਗੁਰ ਰਾਮ। ਤੇ ਜਦੋਂ ਮਨੁੱਖ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਚ ਆ ਕੇ ਬੈਠਿਆ, ਸੱਚੇ ਪਾਤਸ਼ਾਹ ਨੇ ਮੋਹ ਦਾ ਸ਼ਤਰੂ ਦੁਸ਼ਮਣ ਛਾਲ ਕਰਕੇ ਰੱਖਤਾ ਸਮਾਨ, ਕਹਿੰਦੇ ਹੁਣ ਉਹਦਾ ਜ਼ੋਰ ਨਹੀਂ ਚੱਲਦਾ। ਤੇ ਸੱਚੀ ਗੱਲ ਹੈ, ਬੰਦਗੀ ਕਰਨ ਵਾਲੇ ਤੇ ਨਾਮ ਜਪਣ ਵਾਲੇ ਆ ਤੁਸੀਂ। 1984 ਤੋਂ ਪਹਿਲਾਂ ਦਾ ਸਿੱਖਾਂ ਦਾ ਜੀਵਨ ਬਣ ਕੇ ਵੇਖੋ, ਇਹੋ ਜਿਹੇ ਵੀ ਪੁੱਤ ਸੀ ਜਿਨ੍ਹਾਂ ਦੇ ਪਿਓ ਦੀਆਂ ਕੁਰਬਾਨੀਆਂ ਵੇਖ ਕੇ ਮਾਣ ਕੀਤਾ, ਐਸੇ ਵੀ ਪਿਤਾ ਨੇ ਅੱਜ ਵੀ ਜਿਉਂਦੇ ਆ, ਪੁੱਤਾਂ ਨੂੰ ਫਾਂਸੀ ਚੜ੍ਹਦਿਆਂ ਵੇਖ ਖੁਸ਼ੀ ਤੇ ਜੈਕਾਰੇ ਗਾਏ, ਕਿਉਂਕਿ ਮੋਹ ਨਹੀਂ ਸੀ। ਮੋਹ ਕਹਿੰਦਾ ਹੈ ਹਾਏ ਕੀ ਹੋ ਮੇਰੇ ਪਿਤਾ, ਵੀ ਤੂੰ ਮਰ ਜਾਏਗਾ, ਤੇਰੇ ਤੋਂ ਬਾਅਦ ਕੁੱਲ ਚੱਲੇ ਨਾ ਚੱਲੇ, ਤੂੰ ਕਿਹੜਾ ਇੱਥੇ ਰਾਸ਼ਨ ਕਾਰਡ ਬਣਾਏਗਾ, ਵੀ ਭਾਈ ਉਡੀਕ ਕਿਉਂ ਮੈਂ ਆ ਗਿਆ, ਬਸ ਆਇਆ ਵੀ 25 ਸਾਲਾਂ ਨੂੰ ਮੁੜ ਕੇ ਤੁਹਾਡੇ ਘਰ ਦੇ ਸਭ ਮੇਰਾ ਹੀ ਹੈ, ਇਹ ਸੋਚਦੇ ਨਾ ਆਪਾਂ ਸਾਰੇ, ਕਰ ਲੋ ਇਕੱਠਾ ਜੋ ਹੁੰਦਾ ਕਰ ਲੋ, ਕਿੰਨੇ ਪਾਪ ਹੁੰਦੇ। ਪਰ ਇਹ ਮਨੁੱਖ ਨਹੀਂ ਸੋਚਦਾ, ਜਿਸ ਦਰਗਾਹ ਦੇ ਵਿੱਚ ਜਾਣਾ ਉੱਥੇ ਕਿਸੇ ਨੇ ਨਹੀਂ ਜਾਣਾ, ਉੱਥੇ ਜਾਣਾ ਕੱਲਿਆਂ ਨੇ ਹੈ, ਭੁਗਤਣਾ ਕੱਲਿਆਂ ਨੇ ਹੈ, ਜਿਹਦੇ ਕਰਕੇ ਕੀਤਾ ਉੱਥੇ ਕੋਈ ਗਵਾਹ ਨਹੀਂ, ਤੇਰੇ ਕਰਮ ਗਵਾਹ ਨਹੀਂ, ਚੰਗਾ ਕਰ ਲੈ ਮਾੜਾ ਕਰ ਲੈ। ਗੁਰੂ ਰਾਮਦਾਸ ਮਰਦ ਨੇ ਕਹਿੰਦੇ ਉਹ ਮੋਹ ਹੀ ਅੰਦਰੋਂ ਖਤਮ ਕਰਤਾ, ਜਦ ਮੋਹ ਖਤਮ ਹੋਇਆ ਪਾਪ ਖਤਮ ਹੋ ਗਿਆ, ਆਖੋ ਸਤਨਾਮ। ਸਾਰੇ ਪਾਪਾਂ ਦੀ ਜੜ ਮਨੁੱਖ ਦਾ ਮੋਹ ਹੈ, ਜਿਹਨੂੰ ਗੁਰੂ ਅਮਰਦਾਸ ਮਰਜ ਖੁੱਲ ਕੇ ਬਾਣੀ ਵਿੱਚ ਲਿਖਦੇ, ਐਸਾ ਦਮ ਮੂਲੇ ਨਾ ਕੀਚੈ ਜਿਤਿਅੰਤ ਪਛੋ ਆਈਏ। ਉਹ ਕੰਮ ਜਿਹੜਾ ਮੋਹ ਹੈ, ਦੇਖੋ ਮੋਹ ਚ ਕੀ ਹੁੰਦਾ, ਸਾਨੂੰ ਦੂਜੇ ਦੇ ਬੱਚੇ ਦੇ ਔਗਣ ਦਿਸਣਗੇ ਤੇ ਆਪਣੇ ਦੀ ਔਗਣਾਂ ਤੇ ਵੀ ਪਰਦਾ ਪਾ, ਫਿਰ ਕੀ ਹੋ ਗਿਆ ਜੀ, ਬੱਚੇ ਗਲਤੀ ਕਰਦੇ ਆ। ਤੇ ਕਦੇ ਬੰਦਗੀ ਵਾਲਿਆਂ ਨੂੰ ਵੇਖਿਓ, ਉਹ ਕਹਿੰਦੇ ਗਲਤੀ ਅੱਜ ਕਰਕੇ ਆਇਆ, ਕੱਲ ਨੂੰ ਇਹ ਫੇਰ ਕਰਕੇ ਆਊਗਾ, ਗਲਤੀ ਨਹੀਂ ਹੋਣੀ ਚਾਹੀਦੀ। ਤੇ ਗੁਰੂ ਨੇ ਵੇਖਿਆ, ਗੁਰੂ ਸਾਹਿਬਾਂ ਨੇ ਪੁੱਤਰਾਂ ਦਾ ਮੋਹ ਨਹੀਂ ਕੀਤਾ, ਨਾ ਗੁਰੂ ਨਾਨਕ ਸਾਹਿਬ ਨੇ ਕੀਤਾ, ਨਾ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਕੀਤਾ, ਨਾ ਗੁਰੂ ਅਮਰਦਾਸ ਮਰਦ ਨੇ ਕੀਤਾ। ਸਤਿਗੁਰੂ ਵਿਖਾ ਰਹੇ ਆ, ਕਹਿੰਦੇ ਸਿੱਖਾ ਮੋਹ ਦੇ ਤਾਣਿਆਂ ਚ ਉੜ ਜਾਏਗਾ, ਵੇਖ ਪਰਿਵਾਰ ਪਾਲਣਾ ਤੇਰਾ ਫਰਜ਼ ਹੈ, ਤੇਰੇ ਨਾਤੇ ਇਹਨਾਂ ਨੂੰ ਨਿਭਾਉਣਾ ਹੈ, ਪਿਆਰ ਕਰਨਾ ਸਾਰਿਆਂ ਨੂੰ, ਪੁੱਤਰਾਂ ਨੂੰ ਪਿਆਰ ਕਰ, ਧੀਆਂ ਨੂੰ ਪਿਆਰ ਕਰ, ਬੱਚਿਆਂ ਨੂੰ ਪਿਆਰ ਕਰ, ਬੋਲਣਾ ਹੈ ਮੋਹ ਤੇ ਪਿਆਰ ਚ ਫਰਜ਼। ਜਿੱਦਣ ਉਹ ਕਰੇਗਾ ਨਰਕ ਜ਼ਿੰਦਗੀ ਬਣ ਜਾਣੀ, ਤੂੰ ਲੈ ਕੇ ਕੀ ਜਾਣਾ, ਤੂੰ ਦੁਨੀਆਂ ਦੇ ਲੋਕਾਂ ਨੂੰ ਪੁੱਛੋ ਕਿਸੇ ਬਜ਼ੁਰਗ ਕੋਲ ਬੈਠੋ, ਜਾ ਕੇ ਤਜਰਬਾ ਕਰਕੇ ਆ ਲਓ, ਉਹਨੂੰ ਪੁੱਛੋ ਵੀ ਬਾਪੂ ਦੀ ਜ਼ਿੰਦਗੀ ਨੂੰ ਪਿੰਡਾਂ ਕੋਲ ਪੁੱਛਿਆ, ਕਹਿੰਦਾ ਭਾਈ ਸਾਰਾ ਕੁਝ ਪਾ ਲਿਆ ਖਾ ਲਿਆ ਹਟਾ ਲਿਆ, ਬਸ ਕੁਛ ਨਹੀਂ ਹੈ, ਉਹ ਜ਼ਮਾਨੇ ਨਹੀਂ ਰਹੇ, ਜ਼ਮਾਨੇ ਤੇ ਉਹੀ ਨੇ, ਤੂੰ ਉਹ ਨਹੀਂ ਰਿਹਾ। ਅੱਜ ਆਪਾਂ ਕਹਿ ਕੇ ਗੱਲਾਂ ਹੀ ਕਰਦੇ ਹੁੰਦੇ, ਕਹਿੰਦੇ ਯਾਰ ਭਲਾ ਜ਼ਮਾਨਾ ਸੀ, ਲੋਕ ਹੋਲੀਆਂ ਖੇਡਦੇ ਸੀ, ਦੀਵਾਲੀਆਂ ਮਨਾਉਂਦੇ ਸੀ, ਯਾਰ ਲੋਕ ਅੱਜ ਵੀ ਮਨਾਉਂਦੇ ਆ, ਜ਼ਮਾਨਾ ਨਹੀਂ ਬਦਲਿਆ। ਕਿਸੇ ਬੱਚੇ ਨੂੰ ਵੇਖੋ ਹੋਲੀ ਖੇਡਦਾ, ਕਿਸੇ ਬੱਚੇ ਨੂੰ ਵੇਖੋ ਪਤੰਗ ਉਡਾਉਂਦਾ, ਉਹਦੇ ਲਈ ਤੇ ਜ਼ਮਾਨਾ ਭਲਾ ਹੀ ਹੈ, ਜ਼ਮਾਨਾ ਨਹੀਂ ਬਦਲਿਆ, ਅਸੀਂ ਬਦਲ ਗਏ ਆ। ਆਖੋ ਸਤਨਾਮ। ਹੁਣ ਅਸੀਂ ਉਹਨਾਂ ਖਿਆਲਾਂ ਚ ਉੱਚੇ ਉੱਠ ਗਏ, ਹੋਰ ਕਿਤੇ ਚਲੇ ਗਏ, ਸਾਡੇ ਲਗਾਵ ਸਾਡੇ ਰਿਸ਼ਤੇ ਵੱਧ ਗਏ, ਸਾਡੇ ਨਾਤੇ ਵੱਧ ਗਏ, ਇਸੇ ਕਰਕੇ ਅਸੀਂ ਦੁਖੀ ਹੁੰਦੇ ਜਾਂਦੇ। ਇੱਕ ਬੱਚਾ ਸੁਖੀ ਕਿਉਂ ਹੈ, ਉਹਦਾ ਬਹੁਤਾ ਖਿਲਾਰਾ ਹੈ, ਬਹੁਤੇ ਮਿੱਤਰ ਹੈ, ਸਕੂਲ ਗਿਆ ਉੱਥੇ ਖੇਡ ਕੇ ਆ ਗਿਆ, ਘਰੇ ਆਇਆ ਜਿਹੜੇ ਉੱਥੇ ਉਹਨਾਂ ਨਾਲ ਖੇਡ ਲਿਆ, ਸੌਂ ਗਿਆ, ਖਾ ਲਿਆ, ਕੋਈ ਮਤਲਬ ਨਹੀਂ ਕਿਸੇ ਦਾ,
ਪਰ ਬੰਦਾ ਦੁਖੀ ਕਿਉਂ? ਜਿਉਂ ਜਿਉਂ ਵੱਡਾ ਹੋਈ ਜਾਂਦਾ, ਜਿਹੜਾ ਮੇਰੇ ਕੋਲ ਉਹਦਾ ਨੰਬਰ ਸੀ, ਪੁਆੜੇ ਦਾ ਨਾਮ, ਆਹ ਫਲਾਣਾ ਮਿਲ ਗਿਆ, ਅਸੀਂ ਉਸਤਾ ਦੀ ਆਈ ਡੀ ਦੇ ਦਿਓ ਜੀ, ਆਹ ਫਲਾਣਾ ਦੇ ਦਿਓ ਜੀ, ਆਪਾਂ ਮਿਲਾਂਗੇ ਜੀ, ਅਸੀਂ ਫਲਾਣੇ ਦੇ ਰਿਸ਼ਤੇਦਾਰ ਆ, ਅੱਗੇ 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 ਮੱਕੜੀ ਦੇ ਜਾਲ ਨੂੰ ਫਸੀ ਜਾਂਦਾ, ਫਸੀ ਜਾਂਦਾ ਮੋਹ ਹੈ, ਤਾਣੇ ਵਾਲੇ ਦਾ ਮੋਹ ਹੈ। ਕਿਹੜੀ ਇਸ ਮੋਹ ਵਿੱਚ ਫਸਿਆ ਬੰਦਾ ਰੱਬ ਨੂੰ ਯਾਦ ਕਿੱਥੋਂ ਕਰੂਗਾ ਜੀ? ਕਰ ਸਕਦਾ? ਅਸੀਂ ਤੇ ਡੇਕ ਤਾਣੇ ਖਲਾਰੇ ਹੋਏ ਆ, 5 ਮਿੰਟ ਫੋਨ ਬੰਦ ਕਰ ਦਈਏ ਤੇ ਪ੍ਰਾਣ ਸਾਡੇ ਨਿਕਲਦੇ ਆ, ਸਵਿਚ ਆਫ ਹੋ ਗਿਆ, ਚਾਰਜਰ ਕਿੱਥੇ ਲਿਆ, ਉਹ ਭੱਜ ਗਏ ਫਲਾਣੇ ਆ, ਫਲਾਣੇ ਨੇ ਫੋਨ ਕਰਨਾ, ਤੇ ਕਹਿੰਦੇ ਨਾਮ ਜਪਣ ਵਾਲਿਆਂ ਨੂੰ ਵੇਖੋ ਪਤਾ ਹੀ ਨਹੀਂ ਕਿੱਥੇ ਗਏ। ਕਹਿੰਦੇ ਉਹਦੇ ਨਾਲ ਉਹ ਤਾਰ ਨਾ ਟੁੱਟੇ, ਇਹਨਾਂ ਤਾਰਾਂ ਦਾ ਸਰ ਜਾਊਗਾ, ਸਰਜਣ ਨਾਲੋਂ ਬਦਗੀ ਨਾਲੋਂ ਵੀ ਟੁੱਟਣੀ ਚਾਹੀਦੀ, ਪਾਠ ਨਾ ਰਹਿ ਜੇ, ਨਿਤਨੇਮ ਨਾ ਰਹਿ ਜੇ। ਗੁਰੂ ਰਾਮਦਾਸ ਪਾਤਸ਼ਾਹ ਨੇ ਕਹਿੰਦੇ ਮੋਹ ਨੂੰ ਛਾਰ ਕਰਤਾ, ਸਵਾਹ ਕਰਤਾ, ਸਿੱਖਾਂ ਨੂੰ ਪ੍ਰੇਮ ਬਖਸ਼ਿਆ ਏ। ਕਾਮ ਕ੍ਰੋਧ ਅਰ ਲੋਭ ਭਟ ਬੜੇ ਹੰਕਾਰ ਜਿਨ ਨਾਮ। ਉਹ ਸੈਨਾਪਤੀ ਸੀ ਜਿਹੜਾ ਗੁਰੂ ਦੇ ਸੈਨਾਪਤੀ ਨੇ ਢਾਲਿਆ, ਗੁਰੂ ਦਾ ਸੈਨਾਪਤੀ ਸੀ ਪ੍ਰੇਮ, ਤੇ ਕਲਯੁਗ ਦਾ ਸੈਨਾਪਤੀ ਸੀ ਮੋਹ। ਹੁਣ ਇਹ ਕਲਯੁਗ ਦੇ ਜਿਹੜੇ ਰਾਜੇ ਦੀਆਂ ਫੌਜਾਂ ਨੇ, ਕਾਮ ਕ੍ਰੋਧ ਲੋਭ ਹੰਕਾਰ ਬੜੇ ਵੱਜਰ ਨੇ ਨਾ। ਆਪਾਂ ਕਹਿੰਦੇ ਯਾਰ ਮੈਂ ਗੁੱਸਾ ਨਹੀਂ ਕਰਨਾ, ਫੇਰ ਹੋਈ ਜਾਂਦਾ ਕਰੀਏ, ਇਹਦੇ ਭਾਈ ਸਾਹਿਬ ਬੜੀ ਟਰਾਈ ਕਰਦੇ ਆ, ਗੁੱਸਾ ਨਾ ਕਰੀ ਹੋ ਜਾਂਦਾ। ਮੈਂ ਸੋਚਿਆ ਵੀ ਹੰਕਾਰ ਨਹੀਂ ਕਰਨਾ, ਮੈਂ ਨਹੀਂ ਕਰ, ਹੋ ਜਾਂਦੀ ਹੈ, ਠੀਕ ਹੈ, ਕੁਛ ਨਹੀਂ ਕਰਨਾ ਪੈਣਾ, ਕਿਸੇ ਚੱਕਰ ਚ ਨਾ ਪਾਓ ਵੀ ਮੈਂ ਆਪਣਾ ਗੁੱਸਾ ਛੱਡਣਾ। ਤੁਹਾਨੂੰ ਆਹ ਜਿਹੜੇ ਦੁਨਿਆਵੀ ਮੋਟੀਵੇਸ਼ਨ ਲਈ ਕਹਿੰਦੇ ਆ ਨਾ, ਗੁੱਸਾ ਕਰਨਾ ਛੋੜ ਦੇ, ਉਹ ਸਿਆਪਾ ਤੇ ਤਾਂ ਜੇ ਛੱਡਣਾ ਆਉਂਦਾ ਤੇਰੇ ਕੋਲ ਕੀ ਕਰਨਾ ਆਉਂਦੇ ਬਾਈ। ਹੰਕਾਰ ਕਰਨਾ ਛੱਡ ਦੋ, ਪੋਜ਼ਿਟਿਵ ਸੋਚੋ, ਜਦ ਜੇ ਸੋਚਣਾ ਆਉਂਦਾ ਹੁੰਦਾ ਤੇ ਫਿਰ ਤੇਰੀ ਚੌਕੀ ਕੰਮ ਕਰਦੇ, ਤੈਨੂੰ 5000 ਰੁਪਏ ਜਮ੍ਹਾਂ ਕਰਾਉਂਦੇ ਵੀ ਚੰਗਾ ਸੋਚ ਸਕਦੇ ਹੁੰਦੇ। ਇਹ ਬਿਮਾਰੀਆਂ ਨੇ, ਬਿਮਾਰੀਆਂ। ਹੁਣ ਬੁਖਾਰ ਚੜ ਗਿਆ, ਮੈਂ ਕਹਾਂ ਨੱਥ ਜਾ ਓਏ, ਕੋਈ ਸੱਟ ਲੱਗ ਗਈ ਜ਼ਖਮ, ਉਹਨੂੰ ਕਹਿ ਵੀ ਜਾ ਭਰ ਜਾ, ਨਹੀਂ ਭਰਦਾ ਹੌਲੀ ਹੌਲੀ ਭਰ, ਆਪ ਹੀ ਭਰੇਗਾ। ਕਾਮ ਕ੍ਰੋਧ ਲੋਭ ਹੰਕਾਰ ਦੁਨੀਆਂ ਦੇ ਧਰਮਾਂ ਨੇ ਇਹੀ ਦੱਸਿਆ, ਕਾਮ ਛੱਡ ਦੇ, ਕ੍ਰੋਧ ਛੱਡ ਦੇ, ਲੋਭ ਛੱਡ ਦੇ, ਮੋਹ ਛੱਡ ਦੇ, ਹੰਕਾਰ ਛੱਡ ਦੇ। ਮੈਂ ਕਹਿੰਦਾ ਮੈਂ ਲਿਖ ਕੇ ਦਿੰਦਾ, ਤੁਸੀਂ ਛੱਡ ਕੇ ਬਣਾਓ, ਇਹਦੇ ਤੇ ਬ੍ਰਹਮਾ ਵਰਗੇ ਨਹੀਂ ਛੱਡੇ, ਸਿੰਘੀ ਰਿਸ਼ੀ ਵਰਗੇ ਨਹੀਂ ਛੱਡੇ, ਕਿਹਨੂੰ ਛੱਡੇ? ਸ਼ਿਵ ਜੀ ਵਰਗੇ ਭੱਜੇ ਫਿਰਦੇ ਰਹੇ ਜਿਹੜੇ ਵੱਡੇ ਵੱਡੇ ਸਾਧੂ ਸੀ, ਫਿਰ ਤੇ ਬੰਦਾ ਹੋ ਗਿਆ ਜੀ, ਜੇ ਛੱਡ ਹੀ ਨਹੀਂ ਸਕਦੇ। ਨਹੀਂ ਸਿੱਖਾ, ਗੁਰੂ ਦੀ ਬਾਣੀ ਪੜ੍ਹ ਕੇ ਪ੍ਰੇਮ ਕਰਕੇ ਵੇਖ, ਪ੍ਰੇਮ ਦੇ ਸੈਨਾਪਤੀ ਨੇ ਮੋਹ ਨੂੰ ਢਾ ਲੈਣਾ, ਸਤਨਾਮ ਜਿਹਦੇ ਮੋਹ ਕਾਬੂ ਆ ਗਿਆ ਸਾਰਾ ਕੁਛ ਕਾਬੂ, ਮੋਹ ਆਪਣੇ ਆਪ ਕਾਬੂ ਨਹੀਂ ਅਸੀਂ ਕਰ ਸਕਦੇ। ਜੇ ਕਹੀਏ ਨਾ ਵੀ ਲੈ ਅੱਜ ਤੋਂ ਬਾਅਦ ਮੈਂ ਜਾ ਕੇ ਜਿਹੜਾ ਨਿਆਣਾ ਤੁਹਾਨੂੰ ਫਿਰ ਥੱਪੜ, ਅਸੀਂ ਤਾਂ ਕੁਛ ਨਹੀਂ। ਗੁਰੂ ਨਾਲ ਪ੍ਰੇਮ ਬਣਾ ਕੇ ਵੇਖ, ਦੁਨੀਆਂ ਦੇ ਪ੍ਰੇਮ ਫੀਕੇ ਲੱਗਣ ਲੱਗ ਜਾਣਗੇ, ਇਹ ਚੀਜ਼ਾਂ ਘਟਦੀਆਂ ਘਟਦੀਆਂ ਆਪ ਹੀ ਘਟ ਜਾਂਦੀਆਂ, ਆਪ ਹੀ ਘਟਦੀਆਂ। ਕਿਰਪਾ ਗੁਰੂ ਦੀ, ਜਦੋਂ ਪ੍ਰੇਮ ਅੰਦਰ ਆ ਗਿਆ ਜੀ, ਕਿਸੇ ਚੀਜ਼ ਦੀ ਥਾਂ ਹੀ ਹੈ ਨੀ। ਹੁਣ ਮੰਨ ਲਓ ਸਾਡਾ ਕਿਸੇ ਨਾਲ ਵੈਰ ਹੈ, ਅਸੀਂ ਵੈਰ ਕਿਉਂ ਵਧਾਉਂਦੇ ਫਿਰਦੇ ਹਾਂ? ਕਿਉਂਕਿ ਅਜੇ ਸਾਡੇ ਕੋਲ ਉਹ ਥਾਂ ਨਹੀਂ ਮਿਲੀ ਹੁੰਦੀ ਵੀ ਉਹ ਬੰਦੇ ਦੀ ਥਾਂ ਕੋਈ ਹੋਰ ਲੈ, ਅਸੀਂ ਕਹਿੰਦੇ ਇਹਨੂੰ ਰਗੜ ਕੇ ਰੱਖਣਾ, ਇਹਨੂੰ ਨੀ ਛੱਡਣਾ, ਇਹ ਸਾਹਮਣੇ ਆਜ ਨੂੰ ਮਾਰ ਦੇਣਾ। ਤੇ ਸੱਚੀ ਉਹ ਬੰਦਾ ਵਿਧੀ ਹੋ ਜੇ ਚਾਰ ਬੰਦਿਆਂ ਨੂੰ, ਕਹਿੰਦੇ ਛੱਡ ਪਰ ਟਾਈਮ ਥੋੜਾ ਵੇਸਟ ਕਰਦਾ। ਤੇ ਜਦੋਂ ਕਾਮ ਕ੍ਰੋਧ ਲੋਭ ਹੰਕਾਰ ਦਾ ਸਤਾਇਆ ਹੋਇਆ ਬੰਦਾ ਲੱਭੀ ਜਾਂਦਾ, ਅੱਜ ਢਿੱਡ ਭਰਿਆ ਮੈਂ ਕਿਹਦੀ ਬੁਰਾਈ ਕਰਾਂ, ਮੈਨੂੰ ਫਲਾਣੇ ਨੇ ਆਹ ਗੱਲ ਦੱਸਤੀ, ਮੈਨੂੰ ਫਲਾਣੇ ਨੇ ਆਓ ਕਹਿਣਾ, ਮਰਦਾ ਔਰਤ ਸਭ ਦਾ ਆਹੀ ਹਾਲ ਹੈ ਜੀ। ਅਸੀਂ ਬੱਚੇ ਨਹੀਂ ਆਉਂਦੇ ਘਰ, ਸੱਚੀਆਂ ਗੱਲਾਂ ਸਭ ਲਈ ਹੁੰਦੀਆਂ, ਥੋੜਾ ਵੀ ਕਥਾਲਾ ਸੀ ਲੱਗਦੀ ਉਮਰ। ਚੋਰੀ ਭਾਵੇਂ ਸਾਧ ਕਰੇ ਜਾਂ ਚੋਰ ਕਰੇ, ਚੋਰੀ ਚੋਰੀ ਹੁੰਦੀ ਆ, ਸਤਨਾਮ। ਚੋਰ ਨੂੰ ਮਰੀ ਹੋਈ ਚੋਰੀ ਚੋਰੀ ਸਾਰੀ ਕਰਦੇ ਆਪਾਂ,
ਜਿੱਦਣ ਨਾਮ ਜਪਣ ਲੱਗ ਪਏ, ਗੁਰੂ ਅੱਗੇ ਅਰਦਾਸ ਕਰਨ ਲੱਗ ਗਏ, ਗੁਰੂ ਰਾਮਦਾਸ ਪਾਤਸ਼ਾਹ ਕਿਰਪਾ ਕਰੋ, ਕਿਰਪਾ ਕਰੋ, ਦਇਆ ਕਰ ਦਿਓ, ਤਰਸ ਕਰ ਦਿਓ, ਫਿਰ ਸਤਿਗੁਰੂ ਪ੍ਰੇਮ ਜਗਾਉਣਗੇ। ਜਦ ਪ੍ਰੇਮ ਜਾਗ ਪਿਆ, ਸੱਚੀ ਗੱਲ ਹੈ ਜੀ, ਪ੍ਰੇਮ ਜਾਗਣ ਨਾਲ ਸਿੱਖਾਂ ਦੇ ਪਰਿਵਾਰਾਂ ਦੇ ਮੋਹ ਖਤਮ ਹੋ ਗਏ, ਕਿਤੇ ਮੋਹ ਖਤਮ, ਪ੍ਰੇਸ਼ ਖਤਮ, ਲੜਾਈ ਖਤਮ ਹੈ। ਲੜਾਈ ਉੱਥੇ ਹੁੰਦੀ ਹੈ, ਮੈਂ ਕਹਿੰਦਾ ਮੈਂ ਆਪਣੀ ਭੈਣ ਨੂੰ ਵੱਧ ਪਿਆਰ ਕਰਦਾ, ਦੂਜਾ ਭਾਈ ਕਹਿੰਦਾ ਮੈਂ ਕਰਦਾ, ਲੜਾਈ ਹੈ। ਪੁੱਤ ਕਹਿੰਦਾ ਮੈਂ ਪਿਆਰ ਕਰਦਾ, ਧੀ ਕਹਿੰਦੀ ਮੈਂ ਕਰਦੀ ਹਾਂ, ਮਾਂ ਉਹਨਾਂ ਦੇ ਫਸੀ ਹੋਈ ਹੈ ਵੀ ਕੌਣ ਨੇੜੇ ਹੈ, ਕੌਣ ਦੂਰ ਹੈ, ਇਹਦਾ ਕਰਦੀ ਉਹ ਲੜਦਾ, ਉਹਦਾ ਕਰਦੀ ਇਹ ਲੜਦਾ, ਜੇ ਛੱਡੇ ਤਾਂ ਲੜਾਈ ਹੈ, ਹਸੇ ਹਾਂ। ਜਿੱਦਣ ਗੁਰੂ ਗੁਰੂ ਜਪਣ ਲੱਗ ਗਏ, ਉਦੋਂ ਫਿਰ ਬੱਚੇ ਵੀ ਕਹਿੰਦੇ ਨੇ, ਕਹਿੰਦੇ ਨਹੀਂ ਯਾਰ ਮੰਮੀ ਪਾਪਾ ਨੂੰ ਤੰਗ ਨਹੀਂ ਕਰਨਾ, ਉਹਨਾਂ ਸਵੇਰੇ ਉੱਠਣਾ ਹੁੰਦਾ, ਤੰਗ ਨਾ ਕਰੋ, ਉਹਨਾਂ ਨਾਮ ਜਪਣਾ ਹੁੰਦਾ, ਉਹ ਬੰਦਗੀ ਕਰਦੇ ਆ, ਇਸ ਕਾਰਨ ਨਾ ਕਰੋ, ਕਹਿਣ ਦੀ ਲੋੜ ਨਹੀਂ, ਵਰਤਗੀ ਨਾ ਕਿਰਪਾ ਆਪਣੇ ਆਪ, ਹੌਲੀ ਹੌਲੀ ਪ੍ਰੇਮ ਐਸਾ ਹੁੰਦਾ ਏ, ਤੁਸੀਂ ਬਹਿ ਕੇ ਪਾਠ ਕਰੋਗੇ, ਧੀ ਪੁੱਤ ਜਿਹੜੇ ਕੋਲ ਨਹੀਂ ਸੀ ਬਈ ਦੇ ਗਾਲਾਂ ਕੱਢਦੇ ਸੀ, ਗੱਲ ਨਹੀਂ ਸੀ ਮੰਨਦੇ, ਉਹ ਫਿਰ ਆਪ ਨਹਾ ਕੇ ਆਉਂਦੇ ਨੇ, ਕਹਿੰਦੇ ਯਾਰ ਮਾਤਾ ਜੀ ਪਾਠ ਕਰਦੇ ਜੋ ਫਿਰ ਸੁਣੇ ਨਾ, ਪ੍ਰੇਮ ਦੀ ਨਗ ਹੈ ਜਿੱਥੇ ਲੱਗਦੀ ਹੈ ਜੀਵਨ ਬਦਲ ਜਾਂਦਾ ਏ। ਹਤ ਸੈਨਾ ਪਤਮ ਹੋ ਕੇ ਰਾਜਤ ਸਤਿਗੁਰ ਰਾਮ, ਤੇ ਗੁਰੂ ਰਾਮਦਾਸ ਮਹਾਰਾਜ ਆਪ ਮੋਹ ਦੀ ਸੈਨਾ ਨੂੰ ਖਤਮ ਕਰਕੇ ਸ਼ੁਭ ਗੁਣਾਂ ਦੀ ਸੈਨਾ ਜਦੋਂ ਹਿਰਦੇ ਚ ਪਾ ਦਿੰਦੇ ਆ ਤੇ ਕਿਰਪਾ ਹੋ ਜਾਂਦੀ। ਹੁਣ ਸਾਡੇ ਨਾਲ ਕੀ ਹੈ, ਅਸੀਂ ਕਹਿੰਦੇ ਜੀ ਮੈਂ ਸੱਚਾ ਮੈਂ ਸੱਚ ਬੋਲੂ, ਉਹ ਕਿਤੇ ਨਾ ਕਿਤੇ ਝੂਠ ਵੀ ਬੋਲਿਆ ਜਾਂਦਾ, ਫਿਰ ਤੂੰ ਕੀਤਾ ਵੀ ਮੈਂ ਤੇ ਕਿਹਾ ਸੀ ਅੱਜ ਝੂਠ ਨੀ ਬੋਲਣਾ ਯਾਰ, ਫਿਰ ਤੰਗ ਹੋ ਗਏ, ਤੂੰ ਮੈਂ ਕਿਹਾ ਸੀ ਯਾਰ ਕਿਦਾਂ ਮਾੜਾ ਨੀ ਕਰਨਾ, ਤੇ ਫਿਰ ਹੋ ਗਿਆ, ਬੇਵਸਥਾ ਸੀ, ਇਹਦਾ ਵੀ ਕੁਛ ਭੱਜਣਾ ਪਊਗਾ ਵੀ ਮੈਂ ਮੋਹ ਕਾਬੂ ਕਰਨਾ, ਮੈਂ ਕ੍ਰੋਧ ਕਾਬੂ ਕਰਨਾ, ਕੁਛ ਨਾ ਕਾਬੂ ਕਰ, ਜਿਹੜਾ ਅੰਦਰ ਬੈਠਾ ਕਹਿੰਦਾ ਮੈਂ ਕਾਬੂ ਕਰਨਾ, ਉਹ ਆਪ ਹੀ ਦੇ ਵਿਗੜਿਆ ਹੋਇਆ, ਸਾਡਾ ਨਾਮ, ਮੈਂ ਕਹਿੰਦਾ ਜੀ ਮੈਂ ਗੁੱਸਾ ਨੀ ਕਰਦਾ, ਮੇਰਾ ਮਨ ਕਹਿੰਦਾ ਤੂੰ ਬੋਲ ਕੇ ਉਹ ਹਾਲ ਨੀ ਕਰਦਾ, ਕਹਿ ਬੋਲ ਮਨ ਚਲਾ, ਮਨ ਇੱਕ ਪਾਸੇ ਖਿਆਲ ਪੈਦਾ ਕਰ ਦਿੰਦਾ, ਕਹਿੰਦਾ ਠੀਕ ਹੈ ਮੈਂ ਅੱਜ ਤੋਂ ਬਾਅਦ ਕਿਸੇ ਦਾ ਬੁਰਾ ਨਹੀਂ ਕਰਦਾ, ਉਹੀ ਮਨ ਦੋ ਕੁ ਮਿੰਟਾਂ ਬਾਅਦ ਕਹਿੰਦਾ, ਕਹਿੰਦਾ ਨਹੀਂ ਸਾਡਾ ਕਿਹੜਾ ਲੋਕ ਬਣਾ ਬਣਦੇ, ਇਧਰ ਹੋ ਜਾਏਗੀ, ਇਹੀ ਮਨ ਕਹਿੰਦਾ ਜਦੋਂ ਨਾਮ ਜਪ ਲਈ, ਮਨ ਕਹਿੰਦੇ ਛੱਡ ਪਰਾਂ ਅੱਜ ਨਹੀਂ ਕੱਲ ਇਕੱਠੇ ਹੀ ਪਾਠ ਕਰਨਾ, ਸਿਆਪੇ ਤੇ ਮਨ ਦੇ ਆ ਤੇ ਮਨ ਕਾਬੂ ਗੁਰੂ ਨੇ ਕਰਨਾ, ਤੇ ਉਹ ਕਿਵੇਂ ਕਰਨਾ, ਜਦ ਗੁਰੂ ਦੀ ਸੰਗਤ ਚ ਬੈਠਾਂਗੇ, ਪ੍ਰੇਮ ਕਰਾਂਗੇ, ਤੇ ਉਸ ਪ੍ਰੇਮ ਦੇ ਵਿੱਚ ਰਾਜਾ ਰਾਮ ਗੁਰੂ ਰਾਮਦਾਸ ਮਹਾਰਾਜ ਕਿਰਦੇ ਦੇ ਸਿਧਾਸਣ ਤੇ ਸਜਣਗੇ। ਹਿੰਸਾ ਮ੍ਰਿਖਾ ਸੋਦ ਆਸਾ ਤ੍ਰਿਸ਼ਨਾ ਨਾਮ, ਆਸਾ ਤ੍ਰਿਸ਼ਨਾ ਵੈਰ ਵਿਰੋਧ ਇਹ ਸਾਰੀਆਂ ਚੀਜ਼ਾਂ ਨੂੰ ਪਰਮੇਸ਼ਰ ਦੇ ਨਾਮ ਨੇ ਰੱਖਣਾ। ਹੁਣ ਮੰਨ ਲਓ ਸਪੋਜ ਕਰੋ ਮੈਂ ਕਿਹਾ ਜੀ ਮੈਂ ਅੱਜ ਤੋਂ ਗੁੱਸਾ ਛੱਡਿਆ, ਯਾਰ ਗੁੱਸਾ ਚਲੋ ਮੈਂ ਛੱਡ ਲੂੰ ਔਖਾ ਸੌਖਾ, ਤ੍ਰਿਸ਼ਨਾ ਕਿੱਥੋਂ ਛੱਡੋ, ਮੇਰੇ ਸਾਹਮਣੇ ਕੋਈ ਲਫਾਫਾ ਭਰੀ ਸਮਾਨ ਦਾ ਵੀਰੇ ਤੇ ਮੇਰਾ ਮਨ ਕਿਹੜਾ, ਤੂੰ ਵੀ ਭਰਾ ਯਾਰ ਵੀ ਭਰਦਾ, ਲਵ ਕਿੱਥੋਂ ਛੱਡੂਗਾ, ਲਵ ਕਿੱਥੋਂ ਛੱਡੂਗਾ, ਕੀ ਛੱਡੇਗਾ, ਸਾਨੂੰ ਲੋਕ ਇਹੀ ਉਲਝਾਉਂਦੇ ਫਿਰਦੇ, ਤੁਸੀਂ ਯਾਦ ਕਰ ਲਓ, ਤੁਸੀਂ ਯਾਦ ਕਰ ਲਓ ਵੀ ਤੁਸੀਂ ਕਾਹਦੀਆਂ ਫੀਸਾਂ ਲੈਂਦੇ ਜੇ ਸਾਰੇ ਸਿਰ ਤੇ ਅਸੀਂ ਕਰਦੇ, ਜੇ ਸਾਨੂੰ ਹੀ ਗੁੱਸਾ ਛੱਡਣਾ ਪੈਣਾ ਹੈ ਤੇ ਤੇਰੀ ਚੌਂਕੀ ਕਿਉਂ ਭਰਦੇ ਹੋ, ਜੇ ਐਕਸਰਸਾਈਜ਼ ਅਸੀਂ ਆਪ ਕਰਨੀ ਹੈ, ਭਾਰ ਅਸੀਂ ਚੱਕਣਾ ਤੇ ਜਿੰਮ ਵਾਲਿਆ, ਤੈਨੂੰ ਪੈਸੇ ਕਾਹਦੇ ਦੇਣੇ ਲੋਹਾ ਲੁੱਟਣ ਦੇ, ਤੇਰਾ ਕੀ ਫਾਇਦਾ, ਕਰਮਾਂ ਦੇ ਸੀ। ਹਾਂ ਗੁਰੂ ਕਹਿੰਦੇ ਛੱਡ ਸਾਰੀਆਂ ਚੀਜ਼ਾਂ, ਤੂੰ ਸੰਗਤ ਵਿੱਚ ਜਾ ਕੇ ਬੈਠ, ਜੇ ਤੇਰਾ ਮਨ ਪਾਠ ਕਰਨ ਨੂੰ ਨਹੀਂ ਕਰਦਾ ਨਾ ਕਰ, ਪਰ ਇੰਨਾ ਸੋਚ ਕੇ ਬਹਿ ਜਾ ਵੀ ਅੱਜ ਸੰਗਤ ਹੁੰਦੀ ਹੈ ਮੈਂ ਉੱਠ ਕੇ ਨਹੀਂ ਜਾਣਾ, ਇੱਕ ਵਾਰੀ ਭੱਜੂ ਮਨ, ਦੋ ਵਾਰੀ ਭੱਜੂ, ਦਸ ਵਾਰੀ ਭੱਜੂ, ਛੇ ਮਹੀਨੇ ਭੱਜੂ,
ਇੱਕ ਦਿਨ ਗੁਰੂ ਨੇ ਕੰਨ ਤੋਂ ਫੜ ਕੇ ਬਿਠਾ ਲੈਣਾ, ਉਹ ਸਰੀਰ ਬੈਠਾ ਤੂੰ ਕਿੱਥੇ ਚੱਲੇ ਆ, ਸਾਰਾ ਨਾਮ ਬੈਠ ਇੱਥੇ ਅਲੱਗ ਅਲੱਗ। ਅਸੀਂ ਪਹਿਲੇ ਦਿਨ ਬ੍ਰਹਮ ਗਿਆਨੀ ਬਣ ਨੂੰ ਫਿਰਦੇ ਵੀ ਜਦ ਆਇਆ ਸੀ ਭਾਈ ਸਾਹਿਬ ਕਥਾ ਦੇ ਨਾਲ ਕਰਾਰੀ ਸਾਖੀ ਸੁਣਾ ਦਿਓ, ਬਾਹਰ ਜਾਂਦੇ ਹਾਂ ਸਮਾਗਮ ਤੇ ਇਹ ਗੱਲਾਂ ਹੁੰਦੀਆਂ, ਕਹਿੰਦੇ ਬਾਬਾ ਜੀ ਫੱਟੇ ਚੱਕ ਦੇ, ਮੈਂ ਕਿਹਾ ਫੱਟੇ ਕੀ ਲਗਾਉਣੇ ਦੇ, ਪ੍ਰਧਾਨ ਤੇ ਚੱਕ ਲਈ ਕਮੇਟੀ ਤੇ ਚੱਕ ਦੀ, ਕਹਿੰਦੇ ਨਾ 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 ਇਹਨਾਂ ਬਾਰੇ ਨਾ ਕੁਝ ਕਹਿ ਦਿਓ, ਮੈਂ ਕਿਹਾ ਫਿਰ ਤਵਾ ਲਾਣ ਨੂੰ ਸੰਗਦਾ ਹੀ ਵੀ ਜਿਹੜੇ ਤੁਹਾਨੂੰ ਮਾਇਆ ਦੇਣ ਜਿਹੜੇ ਤੁਹਾਨੂੰ ਸਾਰਾ ਕੁਝ ਉਹਨਾਂ ਨੂੰ ਮੰਨਣਾ, ਆਹ ਤੇ ਸੋਚ ਅੱਜ ਕੱਲ੍ਹ ਕੜਕ ਜਾ ਕੰਮ ਕਰਦੇ। ਨਹੀਂ ਭਾਈ ਮੈਂ ਵੀ ਵਿੱਚ ਹੀ ਹਾਂ ਤੁਸੀਂ ਵੀ ਵਿੱਚ ਹੋ, ਜਿਹੜੀਆਂ ਸਾਡੀਆਂ ਗਲਤੀਆਂ ਨੇ ਅਸੀਂ ਉਹਨਾਂ ਨੂੰ ਮੰਨਣਾ ਸਿੱਖ ਲਈਏ, ਕਿਰਪਾ ਤੇ ਹੋਈ ਖੜੀ ਆਖੋ ਸਾਰਾ ਨਾਮ ਮੰਨਣਾ ਸਿੱਖ ਲਈਏ, ਪਾਤਸ਼ਾਹ ਮੈਂ ਚੋਰ ਆ ਗੁਨਾਹਗਾਰ ਆ ਕਿਰਪਾ ਕਰੋ, ਮਾਰਨਾ ਮਾਰ ਦੋ ਰੱਖਣਾ ਰੱਖੋ। ਭਾਈ ਗੁਰਦਾਸ ਕਹਿੰਦੇ ਨਾ ਹਉ ਅਪਰਾਧੀ ਗੁਨਾਹਗਾਰ ਹਉ ਬੇਮਕ ਮੰਦਾ, ਚੋਰ ਜਾਰ ਜੂ ਆਰ ਹਉ ਪਰ ਘਰ ਦਿਓ ਹੰਦਾ, ਕਹਿੰਦੇ ਮੈਂ ਬੇਮੁਖ ਹਾਂ ਮੈਂ ਹਰਾਮੀ ਆ, ਹਰਾਮੀ ਸ਼ਬਦ ਹਰਾਮ ਬੋਲ, ਮੈਂ ਖੱਤ ਮੈਂ ਲਾਲਚੀ ਆ ਮੈਂ ਲੋਭੀ ਆ, ਪਾਤਸ਼ਾਹ ਖੜਾ ਤੇਰੇ ਸਾਹਮਣੇ ਆ। ਹੁਣ ਅਸੀਂ ਬੋਲਦੇ ਝੂਠਾ ਤੇ ਮੈਂ ਕਹਿੰਦਾ ਕਿ ਮੈਂ ਸੱਚਾ ਮੈਂ ਸੱਚੀ ਗੱਲ ਕਰਦਾ ਮੈਂ ਤੇ ਸੱਚ ਬੋਲਦਾ, ਪੰਗਾ ਤੇ ਇੱਥੇ ਖੜਾ ਹੈ, ਹੁਣ ਇਹਨਾਂ ਚੀਜ਼ਾਂ ਤੇ ਕੌਣ ਕਥਾ ਕਰਦਾ, ਜਿੱਥੇ ਮੈਂ ਕਰਦਾ ਕੋਈ ਛੱਡਦਾ ਨਹੀਂ। ਗੁਰੂ ਸਾਹਿਬ ਇਹ ਕਰਾ ਰਹੇ ਆ, ਦੱਸ ਰਹੇ ਨੇ ਆ ਤੇ ਕਵੀ ਇਹ ਲਿਖ ਰਹੇ ਨੇ ਤੇ ਆਪਾਂ ਰੋਜ਼ ਸਰਵਣ ਕਰਦੇ ਹਾਂ, ਇਹ ਕਿਰਪਾ ਵਰਤਣੀ ਕਿਵੇਂ ਆ, ਵਰਤਣੀ ਹੈ ਗੁਰੂ ਕੀ ਸੰਗਤ ਵਿੱਚ, ਏਦਾਂ ਹੌਲੀ ਹੌਲੀ ਬਾਣੀ ਪੜ੍ਹੀਏ, ਕੋਸ਼ਿਸ਼ ਕਰੋ ਅੱਜ ਪੰਜ ਪੌੜੀਆਂ ਜਪੀ ਸਕੀਏ, ਠੀਕ ਹੈ ਨਹੀਂ ਬਹੁਤਾ ਜੀ ਕਰਦਾ ਪੰਜ ਪੜ੍ਹ ਲਓ ਇੱਕ ਪੜ੍ਹ ਲਓ, ਹੌਲੀ ਹੌਲੀ ਵਧਾਈ ਚਲੋ, ਧੱਕੇ ਨਾਲ ਨਹੀਂ ਵਧਾਉਣਾ, ਪਿਆਰ ਨਾਲ ਮਨ ਜੋੜਨਾ ਉਸ ਪਾਸੇ, ਪੰਜ ਪੜ੍ਹੀ ਚਲੋ ਕੋਈ, ਦੋ ਮਹੀਨੇ ਪੜ੍ਹ ਲਓ, ਛੇ ਪੜ੍ਹ ਲਓ, ਹੌਲੀ ਹੌਲੀ 15 ਪੌੜੀਆਂ ਕਰ ਲਓ, ਇਹਦੀ ਸ਼ੁਰੂਆਤ ਦੀ ਅਵਸਥਾ ਹੈ। ਕੋਸ਼ਿਸ਼ ਕਰੋ ਵੀ ਰੋਜ਼ ਪੰਜ ਮੂਲ ਮੰਤਰ ਕਰਨੇ, ਇੰਨੇ ਬਹੁਤ, ਐਵੇਂ ਨਹੀਂ ਕਿਸੇ ਸਾਧ ਮਗਰ ਲੱਗਣਾ ਵੀ 108 ਦੀ ਮਾਲਾ ਫੜ ਬਹਿ ਜਾ ਕਿਤੇ, ਵਾਸ਼ਰੂਮ ਵੀ ਨਾ ਜਾਈ ਤੇ ਪਾਣੀ ਵੀ ਨਾ ਪੀ, ਫਿਰ ਵੀ ਚੱਕੇਗਾ ਪ੍ਰੇਮ ਨਾਲ ਹੌਲੀ ਹੌਲੀ ਇੱਕ ਪਾਠ ਜਪੀ ਸਾਹਿਬ, ਅੰਦਰ ਮਨ ਆਪੇ ਕਹੂਗਾ ਇੱਕ ਹੋਰ ਕਰਨਗੇ, ਗੁਰੂ ਰਾਮਦਾਸ ਕਿਰਪਾ ਰੱਖਣਗੇ ਆਪੇ ਕਰਨਗੇ, ਗੁਰੂ ਰਾਮਦਾਸ ਰੱਖੋ ਸ਼ਰਨਾਈ, ਇਹ ਅਰਦਾਸ ਹਰ ਵੇਲੇ ਕਰਨੀ ਹੈ, ਗੁਰੂ ਰਾਮਦਾਸ ਰੱਖੋ ਸ਼ਰਨਾਈ, ਪਾਤਸ਼ਾਹ ਆਪਣੀ ਸ਼ਰਨ ਵਿੱਚ ਰੱਖੋ, ਪਾਤਸ਼ਾਹ ਮੈਨੂੰ ਆਪਣੇ ਕੋਲੇ ਰੱਖੋ, ਸੱਚੀ ਗੱਲ ਹੈ ਗੁਰੂ ਐਡੀ ਬਖਸ਼ਿਸ਼ ਕਰਨਗੇ, ਅੰਦਰ ਪ੍ਰੇਮ ਜਗਾਉਣਗੇ, ਉਹ ਬੁਰਾ ਲੱਗਣਾ ਹੀ ਕੋਈ ਨਹੀਂ, ਆਖੋ ਸਤਿਨਾਮ, ਜਿਹੜਾ ਵੀ ਗੁਰੂ ਦਾ ਪਿਆਰਾ ਦਿਸਦਾ ਜੋ ਜੋ ਦੀਸਾ ਗੁਰ ਸਿੱਖਣਾ ਦਿਸਦੇਵ ਦੇ ਲਾਗੋ, ਫਿਰ ਜਿਹੜਾ ਗੁਰੂ ਦਾ ਪਿਆਰਾ ਦਿਸਦਾ ਜੀ ਕਰਦਾ ਮੱਥਾ ਟੇਕਦਾ ਨਮਸਕਾਰ ਕਰਦਾ, ਅੰਦਰ ਦੀ ਭਾਵਨਾ ਬਾਹਰੋਂ ਥੋੜੀ ਹੈ। ਕਵੀ ਜੀ ਨੇ ਬੜੇ ਪਿਆਰੇ ਦੋਹਰੇ ਲਿਖੇ ਨੇ ਅਰਦਾਸ ਵਿੱਚ, ਤੇ ਇਹ ਸ਼ਬਦ ਉਸ ਵਕਤ ਦੀਆਂ ਸੰਗਤਾਂ ਦੇ ਨੇ ਜਿਹੜੇ ਗੁਰੂ ਰਾਮਦਾਸ ਮਾਰਗ ਦੀ ਮਹਿਮਾ ਕਰਦੇ, ਐਸੇ ਸਤਿਗੁਰਾਂ ਦੀ ਕਥਾ ਦੀ ਆਰੰਭਤਾ ਹੋ ਚੁੱਕੀ ਹੈ, ਜਿਵੇਂ ਸਤਿਗੁਰੂ ਚੋਜ ਵਰਤਾਉਣਗੇ ਕੱਲ ਆਨੰਦ ਮਾਣਾਂਗੇ। ਵਾਹਿਗੁਰੂ ਵਾਹਿਗੁਰੂ।